ਵੱਖਰੀ ਸ਼ਾਨ ਆਪਣੀ ਬੋਲੀ ਆਪਣੀ ਪਹਿਚਾਨ अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान गैट पंजाबी दे दानश्वर दर्शकों ते सुचेत स्रोता जनों दा अज दे निरपौ निरवैर प्रोग्राम दे विच निघा स्वागत है। अज दे इस प्रोग्राम दे विच साडे कोल कोई मुद्दे नहीं हन, कोई मसला नहीं है, सिर्फ एक ओ चिंताजनक हालत जो भाई गुरबख्श सिंह खालसा दे अणमिथे समय लई रखे हुए मरण वर्त उन्हां सिंघां दी रिहाई दे लई जिहड़ी उन्होंने अपनी जान की आहुति अर्पण करन दा दृढ़ इरादा कीता। शायद शुरू दे विच कुछ लोगों नूं लगदा सी कि यह भी जिवें आम तौर दे उत्ते हुंदा है, पर नहीं, उन्हां दा सिरड़ हठ ते दृढ़ता उसने सरकार नूं भी और सारिआं नूं गंभीरता दे नाल सोचण दे उत्ते मजबूर कर दिता। कानूनी पेचीदगियां, होर सारिआं दलीलां और सारे कागजी कारवाई एक वक्री गल है, पर जिस ढंग दे नाल उन्हां ने अपनी मंग नूं अपने शरीर दे राहीं उस मंग नूं उजागर कीता और जिथे किधरे भी जिथे भी सिख वसते हैं उन्होंने इस गल नूं अपना लिया। मसला कौमी मसला है, साड़ी कोशिश है असी जे इस दे बारे संबंधित धिरां दे नाल गलबात कर सकीए। असी चंद मिनटां दे बाद संपर्क करन दी कोशिश जरूर करांगे, पर उस तो सब तो पहला परसों वड्डे साहिबजादियां दा और सिंघां दा वो 40 सिंह जिन्हां ने गुरु गोबिंद सिंह साहब दे उस वचन नूं पूरा कीता, 1.25 लाख से एक लड़ाऊं, चमकौर दी उस कच्ची गढ़ी दे विच जिन्हां ने 10 लाख दी फौज दा मुकाबला कीता। हजूर सतगुर सच्चे पातशाह ने खुद कहा, गुरसना चिकारे कुनद चहल नर के दहलक बरायत बरूं बेखबर, के 40 सिंह कई दिनां दे भुखण पाणे की कर सकते हैं जे 10 लाख की फौज उन्हां दे उत्ते आ पवे। पर इस दे विच इस जंग दा शायद दुनिया दे जंगां दे इतिहास दे विच इक अदुत्ती स्थान है, एक अदुत्ती जगह है जिस दे विच साहिब श्री गुरु गोबिंद सिंह जी महाराज दे ओ लखते जिगर, साहिबजादा अजीत सिंह जी, साहिबजादा जुझार सिंह जी ओ शहीद होए। कितनी अदुत्ती शहादत है कि पिता गुरु ने अपने साहिबजादियां नूं इस शहादत दे लई तैयार करके भेजिया। ए गुरपुरब परसों है और अगले वीरवार 26 तारीख नूं छोटे साहिबजादियां दा
ਸ਼ਹੀਦੀ ਦਿਵਸ ਹੈ। ਸਾਕਾ ਸਰਹੰਦ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸ ਮਹੀਨੇ ਦੇ ਵਿੱਚ ਸਰਦੀ ਦੇ ਪੋਹ ਮਾਹ ਦੀਆਂ ਰਾਤਾਂ ਦੇ ਵਿੱਚ ਹੋਣੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਸ ਤੋਂ ਬਾਅਦ ਉਹਨਾਂ ਦਾ ਉਸਦੇ ਉੱਤੇ ਪ੍ਰਤੀਕਰਮ ਔਰੰਗਜ਼ੇਬ ਨੂੰ ਇਹ ਲਿਖਣਾ ਕਿ ਕੀ ਹੋਇਆ ਕਿ ਜੇਕਰ ਲੂੰਬੜ ਦੇ ਧੋਖੇ ਦੇ ਨਾਲ ਸ਼ੇਰ ਦੇ ਚਾਰ ਬੱਚੇ ਮਾਰ ਦਿੱਤੇ, ਉਹਨਾਂ ਦਾ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣਾ, ਫਤਿਹਨਾਮਾ ਲਿਖਣਾ, ਇਹ ਸਾਰਾ ਕੁਛ ਕਮਾਲ ਹੈ। ਅਸੀਂ ਇਸ ਦੇ ਬਾਰੇ ਵੀ ਗੱਲ ਕਰਾਂਗੇ, ਪਰ ਅੱਜ ਦੇ ਇਸ ਦੇ ਉੱਤੇ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਸਮਾਂ ਰਹਿੰਦਿਆਂ ਜ਼ਰੂਰ ਗੱਲ ਕਰਾਂਗੇ। ਪਰ ਪਹਿਲਾਂ ਸਾਡੀ ਕੋਸ਼ਿਸ਼ ਹੈ, ਜੇਕਰ ਅਸੀਂ ਸਾਹਰਪਾਲ ਸਿੰਘ ਚੀਮਾ, ਜਿਹੜੇ ਕਿ ਮੋਹਾਲੀ ਤੋਂ ਸਾਡੇ ਨਾਲ ਸ਼ਾਇਦ ਲਾਈਨ 'ਤੇ ਜੁੜ ਚੁੱਕੇ ਹਨ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੀਮਾ ਸਾਹਿਬ, ਹਾਂਜੀ ਹਾਂਜੀ ਭਾਜੀ, ਕਿੰਨੇ ਮਿੰਟ ਲਾਓਗੇ? ਮੇਰੀ ਅੱਜ ਨਾ ਕੋਰਟ ਡੇਟ ਆ ਸਾਡੀ ਹਾਈ ਕੋਰਟ ਦੇ ਵਿੱਚ। ਤੁਸੀਂ ਜਿੰਨਾ ਤੁਸੀਂ ਕਹੋਗੇ, ਮੈਂ ਗੈਟ ਪੰਜਾਬੀ, ਤੁਸੀਂ ਲਾਈਨ ਦੇ ਉੱਤੇ ਹੈਗੇ ਹੋ ਔਰ ਸਾਰੇ ਗੈਟ ਪੰਜਾਬੀ ਦੇ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਸੰਗਤਾਂ ਦੇ ਰੂਬਰੂ ਹੋ, ਤੁਹਾਨੂੰ ਜੀ ਆਇਆਂ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲੇ ਕਿਉਂਕਿ ਤੁਹਾਡਾ ਵੀ ਸਮਾਂ ਕੀਮਤੀ ਤਾਂ ਹੈ ਹੀ ਹੈ, ਬਹੁਤ ਹੀ ਕਰੂਸ਼ਲ ਹੈ ਔਰ ਘੜੀ ਦੀ ਸੂਈ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ, ਸਭ ਤੋਂ ਪਹਿਲੇ ਦੱਸੋ ਕਿ ਭਾਈ ਗੁਰਬਖਸ਼ ਸਿੰਘ ਦਾ ਹਾਲ ਕੀ ਹੈ? ਨਹੀਂ, ਰਾਤੀ ਉਹਨਾਂ ਦੀ 11:30 ਹਾਲਤ ਠੀਕ ਨਹੀਂ ਸੀ, ਕੋਈ ਸਿਹਤ ਖਰਾਬ ਹੋ ਗਈ ਸੀ, ਸਾਹ ਦੇ ਵਿੱਚ ਪ੍ਰੋਬਲਮ ਆ ਰਹੀ ਸੀਗੀ। ਹਾਂਜੀ, ਸੋ ਅਸੀਂ ਅੱਜ ਰਾਤ ਪਹਿਲਾਂ ਟੈਸਟ ਕਰਾਉਣ ਲੱਗੇ ਸੀ ਕਿ ਏ ਬੀ ਜੀ ਟੈਸਟ ਹੁੰਦਾ, ਥੋੜਾ ਪੇਨਫੁਲ ਹੁੰਦਾ, ਡਾਕਟਰ ਅੰਦਰੋਂ ਬਲੱਡ ਲੈਂਦੇ ਨੇ, ਉਹ ਅੱਜ ਅਸੀਂ ਕਰਾਵਾਂਗੇ ਜੀ ਸਵੇਰੇ 9:30 ਦੇ ਕਰੀਬ ਡਾਕਟਰ ਆਣ ਕੇ ਕਰਨਗੇ ਜੀ ਏ ਬੀ ਜੀ ਟੈਸਟ। ਪਰ ਰਾਤੀ 11:30 ਪ੍ਰੋਬਲਮ ਆਈ ਸੀ ਕਾਫੀ ਸਾਹ ਦੀ ਆਉਣ ਦੇ ਵਿੱਚ। ਹਾਂਜੀ, ਤੇ ਉਹਨਾਂ ਦਾ ਇਰਾਦਾ ਕੈਸਾ? ਇਰਾਦਾ ਦ੍ਰਿੜ ਹੈ ਜੀ, ਪੂਰਾ ਸੰਕਲਪ ਦ੍ਰਿੜ ਹੈ, ਇਰਾਦਾ ਦ੍ਰਿੜ ਹੈ, ਗੁਰੂ ਮਹਾਰਾਜ ਦੀ ਮਿਹਰ ਹੈ, ਬਖਸ਼ਿਸ਼ ਹੈ। ਹਾਂਜੀ, ਔਰ ਉਹ ਅਰਦਾਸ ਦੇ ਉੱਤੇ ਖੜੇ ਨੇ ਜੀ ਆਪਣੇ ਦੇ ਸੰਪੂਰਨ, ਔਰ ਉਹ ਦ੍ਰਿੜ ਨੇ ਇਸ ਗੱਲ ਲਈ ਕਿ ਜ਼ਿਆਦੇ ਗੁਰੂ ਮਹਾਰਾਜ ਉਸ ਅਰਦਾਸ ਜਿਹੜੀ ਕੀਤੀ ਹੋਈ ਆ ਉਹਨੂੰ ਪੂਰਾ ਕਰਨ ਜਾਂ ਰਿਲੀਜ਼ ਹੋਣ। ਦੇਖੋ, ਅਸੀਂ ਸਾਰੇ ਕੋਸ਼ਿਸ਼ ਦੇ ਵਿੱਚ ਹਾਂ ਇਹ ਗੱਲ ਕਿ ਮਤਲਬ ਛੇਤੀ ਤੋਂ ਛੇਤੀ ਰਿਹਾਈ ਹੋਵੇ ਉਹਨਾਂ ਵੀਰਾਂ ਦੀ, ਤੇ ਉਹ ਵੀ ਛੇਤੀ ਆਪਣਾ ਬੱਤ ਤੋੜ ਕੇ ਲੋਕਾਂ ਦੇ ਜਾਂ ਆਪਣੇ ਸਿੱਖ ਪੰਥ ਦੇ ਸਨਮੁੱਖ ਹੋਣ ਜੀ। ਇਸ ਸੰਬੰਧ ਵਿੱਚ ਕਾਫੀ ਇੱਕ ਦੋ ਦਿਨਾਂ ਤੋਂ ਕੋਸ਼ਿਸ਼ਾਂ ਜਾਰੀ ਨੇ, ਸਰਕਾਰ ਨੇ ਵੀ ਆਪਣਾ ਜੋ ਆਪਣਾ ਤੰਤਰ ਹੈ ਉਹ ਤੇਜ਼ ਕੀਤਾ ਹੋਇਆ, ਤੇ ਅਸੀਂ ਸਾਡੀ ਮੀਟਿੰਗ ਵੀ ਹੋਈ ਹੈ ਇਸ ਸੰਬੰਧ ਵਿੱਚ ਆਪਸੀ ਬਾਬਲ ਸਾਹਿਬ ਨਾਲ ਜੀ। ਜੀ ਜੀ, ਤੇ ਤੁਹਾਨੂੰ ਲੱਗਦਾ ਹੈ ਸਰਪਾਲ ਸਿੰਘ ਜੀ ਚੀਮਾ, ਤੁਸੀਂ ਪੰਚ ਪ੍ਰਧਾਨੀ ਦੇ ਪ੍ਰਧਾਨ ਵੀ ਹੋ, ਤੁਸੀਂ ਬਹੁਤ ਅਹਿਮ ਤੁਹਾਡੇ ਕੋਲ ਹੈ ਔਰ ਸਾਰੇ ਸਿੰਘ ਹੁਣ ਨਾਲ ਹੈ, ਪਰ ਇਹ ਜਿਹੜੇ ਸਿੰਘ ਜਿਨ੍ਹਾਂ ਨੇ ਇਕੱਲੇ ਤੌਰ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸ਼ਾਇਦ ਜਾਪਦਾ ਹੈ ਧਾਰਮਿਕ ਜਜ਼ਬਾ ਹੀ ਨਹੀਂ, ਉਹਨਾਂ 'ਚ ਲੀਡਰਸ਼ਿਪ ਦੀ ਕੁਆਲਿਟੀ ਵੀ ਹੈ, ਕਿਉਂਕਿ ਆਮ ਤੌਰ ਦੇ ਉੱਤੇ ਜਿੰਨੇ ਲੀਡਰ ਆਉਂਦੇ ਹੈ ਉਹ ਕੇਵਲ ਪੋਲੀਟਿਕਸ ਦੀ ਗੱਲ ਕਰਦੇ ਆ, ਰਾਜਨੀਤੀ ਦੀ ਗੱਲ ਕਰਦੇ ਆ, ਕਿਸੇ ਰਾਜਨੀਤਿਕ ਬੰਦੇ ਨੇ ਧਰਮ ਦੀ ਗੱਲ ਨਹੀਂ ਕੀਤੀ, ਪਰ ਭਾਈ ਗੁਰਬਖਸ਼ ਸਿੰਘ ਦੇ ਕੋਲ ਜਿਹੜੇ ਵੀ ਆ ਰਹੇ ਹੈ ਉਹ ਉਹਨਾਂ ਨੂੰ ਕਹਿੰਦੇ ਤੁਸੀਂ ਸਾਬਤ ਸੂਰਤ ਹੋਵੋ, ਤੁਸੀਂ ਆਪਣੇ ਕੇਸਾਂ ਨੂੰ ਸੰਭਾਲੋ, ਅਤੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਉਹ ਜਿਹੜੇ ਗੁਣ ਹੈਗੇ ਹੈ ਜਿਹੜੇ ਕਿ ਕੌਮ ਨੂੰ ਅਗਵਾਈ ਦੇ ਸਕਦੇ ਹੈ ਜੇ ਗੁਰੂ ਕਿਰਪਾ ਕਰੇ ਇਹ ਮਸਲਾ ਹੱਲ ਹੋਏ? ਬਿਲਕੁਲ ਜੀ ਬਿਲਕੁਲ, ਉਹ ਬਹੁਤ ਦ੍ਰਿੜ ਸੰਕਲਪ ਆਪਦੇ ਵਾਲੇ ਨੇ, ਜਿਹੜਾ ਉਹਨਾਂ ਦਾ ਇਹ ਦ੍ਰਿੜਤਾ ਹੈ ਕਿਉਂਕਿ ਉਹਨਾਂ ਨੇ ਆਪ ਬੜਾ ਜ਼ਿੰਦਗੀ ਦੇ ਵਿੱਚ ਸੰਤਾਪ ਭੋਗਿਆ, ਕਈ ਸਾਲ ਜੇਲ੍ਹਾਂ ਦੇ ਵਿੱਚ ਰਹੇ ਨੇ, ਤੇ ਜਿਨ੍ਹਾਂ ਵੀਰਾਂ ਦੀ ਮੇਨ ਉਹ ਰਿਹਾਈ ਦੀ ਮੰਗ ਉਹਨਾਂ ਨੇ ਪਹਿਲੇ ਦਿਨ 19 ਅਗਸਤ ਨੂੰ ਸਾਡੇ ਨਾਲ ਮਿਲ ਕੇ ਜਦੋਂ ਅਸੀਂ ਮੈਮੋਰੈਂਡਮ ਦਿੱਤਾ ਸੀ ਗਵਰਨਰ ਨੂੰ, ਤੇ ਉਹ ਉਹਨਾਂ ਦੇ ਨਾਲ ਕਾਫੀ ਚਿਰ ਜੇਲ੍ਹਾਂ 'ਚ ਰਹੇ ਨੇ, ਉਹਨਾਂ ਨੇ ਉਹਨਾਂ ਦੀ ਜ਼ਿੰਦਗੀ 'ਚ ਉਹਨਾਂ ਦੇ ਮਤਲਬ ਪਰਿਵਾਰਾਂ ਦੀ ਹਾਲਤ ਹੈ, ਜਿਹੜੀ ਜੋ ਉਹਨਾਂ ਦੇ ਆਪਣੇ ਪਰਿਵਾਰ ਦੀ ਹਾਲਤ ਹੈ, ਉਹਨਾਂ ਨੇ ਦੁੱਖ ਦਰਦ ਆਪਣੇ ਪਿੰਡੇ 'ਚ ਹੰਢਾਇਆ ਔਰ ਉਹ ਦੂਜਿਆਂ ਦੇ ਉੱਤੇ ਹੰਢਾਇਆ, ਦੇਖਿਆ ਹੰਢਦਾ ਦੇਖਿਆ। ਸੋ ਨੋ ਡਾਊਟ ਇਜ਼ ਅ ਗੁੱਡ ਪਰਸਨੈਲਿਟੀ, ਧਾਰਮਿਕ ਨੇ,
सिंह ने जी अपना गुरु महाराज के खालसा सजाया जी जी डॉक्टर जी, जी चीमा साहब जिवें सर दर्शन सिंह फेरू मान दी वो शहादत बल्कि उन्होंने अपनी किसी मंग लई नहीं सी बल्कि दूजियां दे विश्वासघात और जो कुछ कौम नाल होया उस दे लई सर दर्शन सिंह फेरू मान ने शहादत दित्ती ਤਾਂ ਇਹ ਵੀ ਕੀ ਲੱਗਦਾ ਨਹੀਂ ਕਿ ਇਹ ਵੀ ਬਿਲਕੁਲ ਉਸੇ ਤਰ੍ਹਾਂ ਦੇ ਦੂਸਰੇ ਫੇਰੂ ਮਾਨ ਦੀ ਤਰ੍ਹਾਂ ਹੀ ਦੂਜਿਆਂ ਦੇ ਲਈ ਇਹ ਆਪਣੇ ਜਾਨ ਦੀ ਕੁਰਬਾਨੀ ਦੇ ਰਹੇ ਹੈ ਬਿਲਕੁਲ ਜੀ ਇਹ ਤਾਂ ਦੇਖੋ ਜੇ ਕਿਸੇ ਹੋਰਾਂ ਦੇ ਲਈ ਆਪਾਂ ਮੰਗ ਕਰ ਰਹੇ ਹਾਂ ਔਰ ਦੁੱਖ ਆਪਣੇ ਪਿੰਡੇ ਤੇ ਹੰਢਾ ਰਹੇ ਹਾਂ ਔਰ ਸ਼ਾਂਤੀ ਬਹਾਲ ਰੱਖਣ ਦੀ ਕੋਈ ਕਿਸੇ ਨੂੰ ਤਕਲੀਫ਼ ਨਹੀਂ ਦੇ ਰਹੇ ਤੇ ਇਸ ਤੋਂ ਵੱਡੀ ਹੋਰ ਕੀ ਕੁਰਬਾਨੀ ਹੋ ਸਕਦੀ ਹੈ ਕਿ ਬੰਦਾ ਆਪਣੇ ਦੁੱਖ ਦੇ ਉੱਤੇ ਆਪਣੇ ਸਰੀਰ ਤੇ ਦੁੱਖ ਲਾ ਕੇ ਦੂਜਿਆਂ ਦੀ ਵੀ ਮੰਗ ਕਰ ਰਿਹਾ ਬਾਕੀ ਰਹੀ ਗੱਲ ਦੇਖੋ ਅਸੀਂ ਦਰਸ਼ਨ ਸਿੰਘ ਫੇਰੂਮਾਨ ਨਹੀਂ ਬਣ ਦੇਣਾ ਚਾਹੁੰਦੇ ਹਾਂ ਨਹੀਂ ਨਹੀਂ ਮੈਂ ਕਹਿ ਰਿਹਾ ਉਹਨਾਂ ਵਰਗੀ ਕੁਰਬਾਨੀ ਦੇਣਾ ਚਾਹੁੰਦੇ ਆ ਨਹੀਂ ਉਹ ਤਾਂ ਹੈ ਹੀ ਆ ਦ੍ਰਿੜਤਾ ਸੰਕਲਪ ਅਰਦਾਸ ਉਹਨਾਂ ਨੂੰ ਉਹਨਾਂ ਨੇ ਰੱਖਿਆ ਔਰ ਉਹਨਾਂ ਨੇ ਆਪਣਾ ਇਹ ਆਪਣੀ ਅਰਦਾਸ ਵੀ ਇਹ ਗੱਲ ਕਹੀ ਸੀ ਕਿ ਮੈਨੂੰ ਦਰਸ਼ਨ ਸਿੰਘ ਫੇਰੂਮਾਨ ਮਿਲ ਗਈ ਅਰਦਾਸ ਦੇ ਉੱਤੇ ਦ੍ਰਿੜਤਾ ਬਾਲ ਬਖਸ਼ੋ ਗੁਰੂ ਸਾਹਿਬ ਇਹ ਉਹਨਾਂ ਨੇ ਆਪਣੀ ਅਰਦਾਸ ਜਿੱਦਣ ਉਹਨਾਂ ਨੇ ਰੱਖਿਆ ਇਹ ਗੱਲ ਕਹੀ ਆ ਉਹਨਾਂ ਨੇ ਪਰ ਦੇਖੋ ਇਹ ਗੱਲ ਹੈ ਕਿ ਆਪਾਂ ਨੂੰ ਤਾਂ ਪਤਾ ਹੀ ਨਹੀਂ ਇਤਿਹਾਸ ਬਾਰੇ ਇਹ ਕੋਈ ਬੰਦੀ ਸਿੰਘ ਰਾਹੀਆਂ ਦੇ ਲਈ ਪਹਿਲਾ ਮੋਰਚਾ ਨਹੀਂ ਲੱਗਿਆ ਅੱਗੇ ਵੀ ਚਾਰ ਪੰਜ ਵੀਰਾਂ ਦੀ ਸ਼ਹਾਦਤ ਹੋ ਚੁੱਕੀ ਹੈ ਜਿਹੜੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਹੀਂ ਆਈ 86 ਦੀ ਦੇ ਵਿੱਚ ਬਰਨਾਲਾ ਸਰਕਾਰ ਸੀ ਬਾਬਾ ਠਾਕੁਰ ਸਿੰਘ ਤੇ ਬਾਬਾ ਜਗਿੰਦਰ ਸਿੰਘ ਇੱਕ ਮਾਰਚ ਲੈ ਕੇ ਆਏ ਸੀਗੇ ਸੈਕਟਰੀਏਟ ਦੇ ਸਾਹਮਣੇ ਗੋਲੀ ਚੱਲੀ ਉਹ ਸਿਰਫ ਤੇ ਸਿਰਫ ਬੰਦੀ ਸਿੰਘ ਰਿਹਾਈਆਂ ਦੀ ਉਹ ਸੀਗੀ ਜਿਹੜੇ ਜੋਧਪੁਰ ਦੇ ਵਿੱਚ ਸੀਗੇ ਉਸ ਸਮੇਂ ਜਿਹੜੇ ਕਿ ਸਾਕਾ ਦਰਬਾਰ ਸਾਹਿਬ ਦੇ ਵਿੱਚ ਫੜੇ ਗਏ ਸੀਗੇ ਔਰ ਸ਼ੇਰ ਸਿੰਘ ਸ਼ਹੀਦ ਹੋ ਗਏ ਸੀਗੇ ਅੱਜ ਵੀ ਉਹਨਾਂ ਦੇ ਬੱਚੇ ਆ ਜਿਹੜੇ ਉਹ ਸਾਡੇ ਨਾਲ ਮਿਲਦੇ ਆ ਸੁਖਦੇਵ ਸਿੰਘ ਖਜਾਲਾ ਸੀਗੇ ਬਲਕਾਰ ਸਿੰਘ ਖਜਾਲਾ ਸੁਖਦੇਵ ਸਿੰਘ ਲੁਧਿਆਣਾ ਉਹ ਬਲਕਾਰ ਸਿੰਘ ਉਹਨਾਂ ਦੇ ਲੜਕੇ ਵਿਚਾਰਿਆਂ ਦੇ ਇੱਥੇ ਆਏ ਸੀ ਜਿਹਨਾਂ ਨੇ ਸਾਰੀ ਵਾਰਦਾਤ ਕਈ ਵਾਰ ਮੈਨੂੰ ਸੁਣਾਈ ਹੈ ਕਿ ਜਦੋਂ ਗੋਲੀ ਚੱਲੀ ਹੈ ਕਿਸ ਤਰੀਕੇ ਨਾਲ ਮਤਲਬ ਮੇਰੇ ਮੈਂ ਆਪਣੇ ਪਾਪਾ ਦੇ ਕੋਲ ਖੜਾ ਸੀ ਗੋਲੀ ਫੜੀ ਹੋਈ ਸੀ ਸੋ ਅੱਗੇ ਵੀ ਇਹ ਸਿੰਘਾਂ ਨੂੰ ਰਿਹਾਈ ਕਰਾਉਣ ਦੇ ਲਈ ਸ਼ਹਾਦਤਾਂ ਹੋ ਚੁੱਕੀਆਂ ਨੇ ਅਸੀਂ ਉਸ ਪੰਨੇ ਦੇ ਵਿੱਚ ਦੇਖੋ ਸਿੱਖ ਕੌਮ ਨੂੰ ਉਹ ਪੰਨਿਆਂ ਦੀ ਸ਼ਹਾਦਤਾਂ ਦੇ ਪੰਨਿਆਂ 'ਚ ਨਹੀਂ ਜੋੜਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਕਰ ਵੀ ਰਹੇ ਹਾਂ ਮਤਲਬ ਸਾਰਾ ਸਿੱਖ ਪੰਥ ਉਹਨਾਂ ਦੇ ਨਾਲ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਹਮਾਇਤ ਮਿਲੀ ਆ ਬਾਹਰੋਂ ਵਿਦੇਸ਼ਾਂ ਤੋਂ ਇਹਨੂੰ ਮੂਵ ਕਰਨ ਦੀ ਮੈਂ ਇਹ ਗੱਲ ਕਹਿਣਾ ਤੇ ਦੇਖੋ ਇੱਕ ਬਾਹਰ ਦੇ ਲੋਕੀ ਜਿਹਦੇ ਵੀ ਬਾਹਰ ਦੇ ਵੀਰ ਨੇ ਉਹ ਸਾਨੂੰ ਕਾਲਾਂ ਕਰ ਕਰਕੇ ਕੋਈ 1000 ਕਾਲ ਹੋਣੀਆਂ ਰੋਜ਼ ਦੀ ਆਉਂਦੀ ਆ ਸਾਰੇ ਪ੍ਰਬੰਧਕਾਂ ਨੂੰ ਦੱਸੋ ਜੀ ਅਸੀਂ ਕੀ ਕਰੀਏ ਦੱਸੋ ਜੀ ਇੱਥੇ ਕੀ ਕਰੀਏ ਉਹ ਅਸੀਂ ਉਹਨਾਂ ਨੂੰ ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ ਕਿ ਇਹ ਫੋਨ ਕਾਲਾਂ ਦੇ ਨਾਲ ਨਹੀਂ ਇਹ ਮਸਲਾ ਹੱਲ ਹੋਣਾ ਤੁਹਾਨੂੰ ਕੁਛ ਕਰਨਾ ਚਾਹੀਦਾ ਅਸੀਂ ਇੱਕ ਈਮੇਲ ਬਣਾਈ ਸੀ ਅੰਬ ਸਾਹਿਬ ਮੋਰਚਾ ਐਟ ਦਾ ਰੇਟ ਆਫ ਜੀਮੇਲ ਡੋਟ ਕਾਮ ਅਸੀਂ ਚਾਹੁੰਦੇ ਹਾਂ ਵੀ ਜਿੰਨੀਆਂ ਵੀ ਅਮਰੀਕਾ ਕੈਨੇਡਾ ਦੇ ਵਿੱਚ ਤੁਹਾਡੀ ਇਸ ਟੀਵੀ ਸਟੇਸ਼ਨ ਜਾਂ ਰੇਡੀਓ ਸਟੇਸ਼ਨ ਦੇ ਰਾਹੀਂ ਜੋ ਵੀ ਖਬਰਾਂ ਸੁਣ ਰਹੇ ਆ ਉਹ ਇਸ ਈਮੇਲ ਤੇ ਉਹ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਕੋਈ ਵੀ ਜਿਹੜੇ ਸਪੋਰਟਸ ਕਮੇਟੀਆਂ ਨੇ ਕੋਈ ਸਮਾਜਿਕ ਜਥੇਬੰਦੀਆਂ ਨੇ ਕੋਈ ਕਲੱਬ ਨੇ ਉਹ ਸਾਰੇ ਰਲ ਕੇ ਇੱਕ ਕਮਿਊਨਿਟੀ ਸੈਂਟਰ ਆਪਣੇ ਲੈਟਰ ਹੈਡ ਦੇ ਉੱਤੇ ਆਪਣਾ ਸਮਰਥਨ ਪੱਤਰ ਭੇਜਣ ਕਿੰਨੀ ਔਖੀ ਗੱਲ ਹੈ ਸਾਨੂੰ ਬੜੀ ਅਫਸੋਸ ਦੀ ਗੱਲ ਹੈ ਕਿ ਜਿੰਨਾ ਵੀ ਸਾਨੂੰ ਹੰਗਾਰਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਲੋਕੀ ਸਿਰਫ ਕਾਲਾਂ ਕਰ ਕਰਕੇ ਸਾਨੂੰ ਕਹੀ ਜਾਂਦੇ ਆ ਕਿ ਉਹਨਾਂ ਨੂੰ ਮੀਟਿੰਗਾਂ ਕਰਕੇ ਆਪਣੇ ਮਤੇ ਪਾਸ ਕਰਕੇ ਇਸ ਈਮੇਲ ਦੇ ਉੱਤੇ ਭੇਜਣੇ ਚਾਹੀਦੇ ਆ ਤਾਂ ਕਿ ਅਸੀਂ ਸਰਕਾਰ ਨੂੰ ਦੱਸ ਸਕੀਏ ਕਿ ਸਾਨੂੰ ਗਲੋਬਲ ਸਾਰੇ ਦੁਨੀਆਂ ਤੋਂ ਕਿੰਨੀ ਸਪੋਰਟ ਹੈ ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ ਇਸ ਮੋਰਚੇ ਨਾਲ ਜਾਂ ਇਸ ਮੰਗ ਦੇ ਨਾਲ ਆਪਣਾ ਦਿਲੋਂ ਉਹਨਾਂ ਨੇ ਪਲਟਾਵਾ ਕੀਤਾ ਹੈ ਅਸੀਂ ਅਸੀਂ ਚੀਮਾ ਸਾਹਿਬ ਆਪਣੇ ਇਸ ਚੈਨਲ ਦੇ ਉੱਤੇ ਵੀ ਦਿਖਾ ਦਿਆਂਗੇ ਔਰ ਜਿਹੜੀਆਂ ਈਮੇਲਸ ਆਣਗੀਆਂ ਅਸੀਂ ਤੁਹਾਨੂੰ ਭੇਜ ਵੀ ਦਿਆਂਗੇ ਅੰਬ ਸਾਹਿਬ ਮੋਰਚਾ ਐਟ ਜੀਮੇਲ ਡੋਟ ਕਾਮ ਠੀਕ ਹੈ ਠੀਕ ਹੈ ਅੱਛਾ ਚੀਮਾ ਸਾਹਿਬ ਸਿਰਫ ਇੱਕ ਜੀ ਇੱਕ ਗੱਲ ਹੋਰ ਬੜੀ ਦੇਖੋ ਜੋ ਕੁਛ ਕਿਸੇ ਦਾ 20 ਸਾਲ 25 ਸਾਲ ਔਰ ਬੜੇ ਲੰਬੇ ਸਮੇਂ ਤੱਕ ਕਿਸੇ ਨੂੰ ਬੰਦੀ ਬਣਾ ਲੈਣਾ ਉਹ ਉਸਦੀ ਸਾਰੀ ਜ਼ਿੰਦਗੀ ਜਿਹੜੀ ਹੈ ਖਰਾਬ ਕਰਨ ਦੇ ਤੁਲ ਹੈ ਲੱਗਦਾ ਹੈ ਕਿ ਇਹ ਵੀ ਸ਼ਾਇਦ ਸਿੰਘਾਂ ਦੇ ਉੱਤੇ ਜਿਵੇਂ ਦੇ ਤਸ਼ੱਦਦ ਹੁੰਦੇ ਰਹੇ ਬਰਦਾਸ਼ਤ ਕਰ ਲੈਣ ਪਰ ਕੀ ਤੁਹਾਨੂੰ ਨਹੀਂ ਲੱਗਦਾ ਉਸ ਤੋਂ ਜ਼ਿਆਦਾ ਤਕਲੀਫ ਦੇ ਇਹ ਹੁੰਦੀ ਹੈ ਕਿ ਜਿਹੜੇ ਸਿੱਖਾਂ ਦੇ ਕਾਤਲ ਹੈ ਜਾਂ ਜਿਹੜੇ ਹੋਰ ਦੂਜੇ ਹੈ ਮੁਲਕ ਦੇ ਵਿੱਚ 2 ਕਾਨੂੰਨ ਹੈ ਸਿੱਖਾਂ ਲਈ ਹੋਰ ਹੈ ਅਤੇ ਗੈਰ ਸਿੱਖਾਂ ਲਈ ਹੋਰ ਹੈ ਇਹ ਨਹੀਂ ਲੱਗਦਾ ਕਿ ਇਹ ਜ਼ਿਆਦਾ ਦੁਖਦਾਈ ਹੈ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਸੀਂ ਜਿਹੜਾ
इस मोर्चे की रूपरेखा जिस तरीके दे नाल असीं लोकां दे विच इंडियन कॉन्स्टिट्यूशन नूं देखो 1972 दे विच आनंदपुर दा मता सिख कौम ने रख्या जी, ओह वी सारियां स्टेटां दे बाद दे लोकां ने उहनूं वक्खवादी अतवादी मता कह के उहनूं रिजेक्ट कर दित्ता जी। और क्योंकि ओह संविधान दे चेंज दी मंग करदा सी, इंडियन कॉन्स्टिट्यूशन दे चेंज दी मंग करदा सी कि इंडियन कॉन्स्टिट्यूशन चेंज करके फैडरल बनाया जावे, स्टेटां नूं बाधित कर दित्ते जाण। 84 ਤੋਂ ਬਾਅਦ ਸੰਤਾਂ ਦੀ ਸ਼ਹੀਦਤ ਤੋਂ ਬਾਅਦ ਸਿੱਖ ਪੰਥ ਦਾ ਇੱਕ ਵੱਡਾ ਜਿਹੜਾ ਹਿੱਸਾ ਹੈ ਉਹ ਵੱਖਰੇ ਦੇਸ਼ ਦੀ ਉਹਨਾਂ ਨੇ ਮੰਗ ਰੱਖੀ ਹੈ। ਪਰ ਅਸੀਂ ਇਹ ਗੱਲ ਹੁਣ ਇਸ ਸਮੇਂ ਦੇ ਵਿੱਚ ਇਹ ਗੱਲ ਹਿੰਦੁਸਤਾਨ ਦੀ ਕਚਹਿਰੀ ਦੇ ਵਿੱਚ ਮੀਡੀਆ ਦੇ ਰਾਹੀਂ ਅਸੀਂ ਉਹਦੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਅਸੀਂ ਡਿਬੇਟ ਕਰਨ ਨੂੰ ਤਿਆਰ ਹੈ ਕਿ ਜਿਹੜਾ ਕਾਂਸਟੀਟਿਊਸ਼ਨ ਇਸ ਟਾਈਮ ਹਿੰਦੁਸਤਾਨ 'ਚ ਵਰਕ ਕਰ ਰਿਹਾ ਉਹਦੇ ਵਿੱਚ ਇੰਪਲੀਮੈਂਟ ਕਰਨ ਦੇ ਲਈ ਉਹ ਕਾਂਸਟੀਟਿਊਸ਼ਨ ਨੂੰ ਇੰਪਲੀਮੈਂਟ ਕਰਨ ਲਈ ਉਹਦੀਆਂ ਧਾਰਾਵਾਂ ਨੂੰ ਇੰਪਲੀਮੈਂਟ ਲਈ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਗੱਲ ਜਿਹੜੀ ਪਹਿਲਾਂ ਗਈ ਹੈ ਕੁਐਸਚਨ ਕਿਸ ਤਰੀਕੇ ਨਾਲ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਦੇ ਨਾਲ ਮਤਲਬ ਦੋ ਧਾਰਾ ਵਿਚਾਰ ਹੋ ਰਿਹਾ, ਕਿਉਂ ਨੀ ਸਾਨੂੰ ਇੱਕ ਸਾਡੇ ਨਾਲ ਕਿਉਂ ਹੋ ਰਿਹਾ, ਕਿਉਂ ਸਾਡੇ ਤੇ ਵੀ ਜਿਹੜਾ ਜੇ ਲੱਖਾਂ ਲੋਕ ਉਹਦੇ ਥੱਲੇ ਛੱਡੇ ਜਾ ਸਕਦੇ ਆ ਤੇ ਇਹ ਸਾਡੇ ਵੀਰ ਕਿਉਂ ਨੀ ਛੱਡੇ ਗਏ, ਸਾਨੂੰ ਦੱਸਿਆ ਜਾਵੇ ਇਹ ਗੱਲ ਦਾ ਜਵਾਬ ਦਿੱਤਾ ਜਾਵੇ। ਯਾਨੀ ਕਿ ਜਿਹੜੀ ਸੰਵਿਧਾਨ ਦੇ ਵਿੱਚ ਬਰਾਬਰੀ ਇਕੁਐਲਿਟੀ ਔਰ ਉਹ ਜਿਹੜੀ ਹੈ ਲਾਗੂ ਨਹੀਂ ਹੁੰਦੀ, ਸਾਡੇ 'ਤੇ ਲਾਗੂ ਨਹੀਂ ਹੋ ਰਹੀ, ਇਹਦਾ ਮਤਲਬ ਇੰਪਲੀਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਹੈ ਜਾਂ ਉਹਨਾਂ ਦੀ ਬਦਨੀਅਤੀ ਹੈ ਜਾਂ ਨੀਅਤ ਨਹੀਂ ਹੈ ਜਾਂ ਕਰਨਾ ਹੀ ਨਹੀਂ ਚਾਹੁੰਦੇ। ਹਜ਼ਾਰਾਂ ਨੀ ਲੱਖਾਂ ਬੰਦਾ ਛੱਡਿਆ ਗਿਆ ਆਲ ਓਵਰ ਦੀ ਇੰਡੀਆ, ਸਾਡੇ ਬੰਦੇ 23 ਸਾਲ ਹੋ ਗਏ ਕਿਉਂ ਨੀ ਛੱਡੇ ਗਏ, ਸਾਨੂੰ ਕਿਉਂ ਮਤਲਬ ਸਾਡੇ ਨਾਲ ਜਿਹੜਾ ਦੋ ਨੰਬਰ ਦੇ ਨਾਗਰਿਕ ਦਾ ਜਾਂ ਸਾਨੂੰ ਕਿਉਂ ਵਾਂਝਾ ਕੀਤਾ ਜਾ ਰਿਹਾ, ਤੇ ਜਦੋਂ ਇਹ ਵਾਂਝਾ ਕੀਤਾ ਜਾ ਰਿਹਾ ਸਾਡੇ ਦੇ ਇੰਪਲੀਮੈਂਟ ਦੇ ਸਾਡੇ ਕੋਲ ਕੀ ਰਸਤਾ ਆ, ਸਾਨੂੰ ਦੱਸੇ ਹਿੰਦੁਸਤਾਨ ਦੀ ਗਵਰਨਮੈਂਟ ਇਹ ਮੋਰਚਾ ਜਾਂ ਇਹ ਭਾਈ ਗੁਰਬਖਸ਼ ਸਿੰਘ ਖਾਲਸਾ ਉਹਨਾਂ ਦੀ ਜਿਹੜੀ ਇਹ ਡਿਮਾਂਡ ਹੈ ਉਹ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਆਲ ਓਵਰ ਦੀ ਵਰਲਡ ਪਤਾ ਲੱਗੇ ਕਿ ਹਿੰਦੁਸਤਾਨ ਦਾ ਕਾਨਸਟੀਟਿਊਸ਼ਨ ਨੂੰ ਇੰਪਲੀਮੈਂਟ ਕਰਨ ਵਾਲੇ ਲੋਕ ਕਿੱਦਾਂ ਦਾ ਵਿਹਾਰ ਕਰ ਰਹੇ ਆ ਜੀ। ਇੱਕ ਮੇਰਾ ਛੋਟਾ ਜਿਹਾ ਨੁਕਤਾ ਹੋਰ ਹੈ, ਜਦੋਂ ਰਾਜੀਵ ਲੌਂਗੋਵਾਲ ਅਕਾਰਡ ਹੋਇਆ ਉਹਦੀ ਧਾਰਾ 6 ਦੇ ਵਿੱਚ ਵੀ ਬੜਾ ਸਪਸ਼ਟ ਲਿਖਿਆ ਸੀ ਕਿ ਜਿੰਨੇ ਪੈਂਡਿੰਗ ਕੇਸਿਸ ਹੈ ਉਹਨਾਂ ਦੀ ਡਿਸਪੋਜ਼ਲ ਸਿਰਫ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਜਿਨ੍ਹਾਂ ਦੇ ਉੱਤੇ ਲਾਗੂ ਕੀਤਾ ਗਿਆ ਸੀ ਉਹ ਪੰਜਾਬ 'ਚੋਂ ਵਿਡਰਾ ਕੀਤਾ ਜਾਂਦਾ ਔਰ ਇਸ ਤੋਂ ਬਾਅਦ ਹਾਈਜੈਕਿੰਗ ਅਤੇ ਵੇਜਿੰਗ ਵਾਰ ਨੂੰ ਛੱਡ ਕੇ ਬਾਕੀ ਸਾਰੇ ਮੁਕੱਦਮੇ ਜਿਹੜੇ ਆ ਸਧਾਰਨ ਅਦਾਲਤਾਂ ਦੇ ਵਿੱਚ ਚਲਾਏ ਜਾਣਗੇ। ਪਰ ਉਸ ਦੇ ਬਾਵਜੂਦ ਜਿਹੜੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੀ ਇਹ ਸਪਸ਼ਟ ਉਹਦੇ ਅਕਾਰਡ ਦੇ ਵਿੱਚ ਸੀ, ਉਸ ਦੇ ਬਾਅਦ ਪੈਰੋਲ ਦੀ ਜਿਹੜੀ ਪ੍ਰੋਵੀਜ਼ਨ ਕਾਂਸਟੀਟਿਊਸ਼ਨ ਦੇ ਵਿੱਚ ਹੈ ਕਿ ਗਵਰਨਰ ਜਾਂ ਰਾਸ਼ਟਰਪਤੀ ਕਰ ਸਕਦਾ, ਕੀ ਸਾਡੀਆਂ ਕਿਸੇ ਜਥੇਬੰਦੀਆਂ ਨੇ ਕਾਂਸਟੀਟਿਊਸ਼ਨ ਦੀ ਉਸ ਪ੍ਰੋਵੀਜ਼ਨ ਦੇ ਤਹਿਤ ਅਕਾਲੀ ਦਲ ਨੂੰ ਕੋਈ ਮੈਮੋਰੈਂਡਮ ਦਿੱਤਾ, ਸ਼੍ਰੋਮਣੀ ਅਕਾਲੀ ਦਲ ਨੂੰ, ਸਰਕਾਰ ਨੂੰ ਜਾਂ ਅਕਾਲ ਤਖ਼ਤ ਸਾਹਿਬ ਨੂੰ ਇਸ ਤੋਂ ਪਹਿਲੇ ਕਦੇ ਕੋਈ ਮੈਮੋਰੈਂਡਮ ਦਿੱਤਾ ਗਿਆ ਜਾਂ ਅਚਾਨਕ ਹੁਣ ਇਹ ਸਾਰਾ ਮੋਰਚਾ ਸ਼ੁਰੂ ਹੋਇਆ? ਦੇਖੋ ਅਕਾਲ ਤਖ਼ਤ ਦੇ ਜਥੇਦਾਰ ਹਰੇਕ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੀ ਤਹਿਸੀਲ ਤੋਂ ਕੱਢ ਕੇ ਕੌਮ ਨੂੰ ਸੰਦੇਸ਼ ਦਿੰਦੇ ਆ, ਔਰ ਤੁਸੀਂ ਕੋਈ ਮਤੇ ਕੱਢ ਲਓ ਪਿਛਲੇ 29 ਸਾਲਾਂ ਦੇ, ਇੱਕ ਮਤਾ ਜ਼ਰੂਰ ਹੋਊਗਾ ਇਸ ਗੱਲ ਦਾ ਕਿ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਜੇਲ੍ਹਾਂ 'ਚ ਬੰਦੀ ਸਿੰਘ ਸਾਡੇ ਜਿਹੜੇ ਨੌਜਵਾਨ ਨੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਰਿਹਾ ਕਰੇ। ਆਲ ਦਾ ਟਾਈਮ ਜਦੋਂ ਵੀ ਕਿਤੇ ਚੋਣਾਂ ਆਉਂਦੀਆਂ ਅਕਾਲੀ ਦਲ ਬਾਦਲ ਵੀ ਆਪਣੇ ਏਜੰਡੇ ਦੇ ਵਿੱਚ ਇਹ ਗੱਲ ਪਾਉਂਦੇ ਨੇ ਅਕਾਲੀ ਦਲ ਵਾਲੇ ਕਿ ਸਿੱਖ ਨੌਜਵਾਨਾਂ ਨੂੰ ਰਿਹਾ ਕਰਾਂਗੇ, ਉਹਨਾਂ ਦੇ ਪਿਛਲੇ ਸਮਿਆਂ ਦੇ ਵਿੱਚ ਅੱਜ ਤੋਂ 10-15 ਸਾਲ ਪਹਿਲਾਂ ਤਾਂ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਕਮਿਸ਼ਨ ਵੀ ਬਣਾਵਾਂਗੇ, ਦੋਸ਼ੀਆਂ ਨੂੰ ਸਜ਼ਾ ਵੀ ਦੇਵਾਂਗੇ, ਜੇ ਕਰਾਂਗੇ ਉਹ ਕਰਾਂਗੇ, ਪਰ ਇਹ ਕਦੇ ਵੀ ਇੰਪਲੀਮੈਂਟ ਨਹੀਂ ਹੋਇਆ, ਇਹ ਸਿਰਫ ਬਿਆਨਾਂ ਦੇ ਵਿੱਚ ਹੀ ਰਿਹਾ ਹੈਗਾ। ਅਸੀਂ ਆਪ ਬਹੁਤ ਵਾਰੀ ਇਸ ਗੱਲ ਦੀ ਮੰਗ ਕਰ ਚੁੱਕੇ ਹਾਂ, ਕੋਰਟਾਂ ਦੀ ਮੰਗ ਕਰ ਚੁੱਕੇ ਹਾਂ, ਸਾਡੀਆਂ ਰਿਟਾਂ ਡਿਸਮਿਸ ਹੋਈਆਂ ਹੋਈਆਂ ਨੇ ਕਿ ਸਾਨੂੰ ਆਰਟੀਕਲ 72 ਅਤੇ ਆਰਟੀਕਲ 161 ਜੋ ਕਿ ਗਵਰਨਰ ਨੂੰ ਪ੍ਰੈਜ਼ੀਡੈਂਟ ਨੂੰ ਪਾਵਰ ਦਿੰਦਾ ਹੈ ਕਿ ਉਹ ਕੋਈ ਵੀ ਸਜ਼ਾ ਜਿਹੜੀ ਆ ਉਹ ਕਮਿਊਟ ਕਰ ਸਕਦੇ ਆ ਫਾਂਸੀ ਤੋਂ ਲੈ ਕੇ ਥੱਲੇ ਤੱਕ। ਇਹ ਸਾਡੇ ਨਾਲ ਵਿਤਕਰਾ ਕਿਉਂ ਹੋ ਰਿਹਾ, ਸਾਡੇ ਨਾਲ ਕਿਉਂ ਵਿਤਕਰਾ ਹੋ ਰਿਹਾ? ਪਰ ਮੈਨੂੰ ਲੱਗਦਾ ਹੈ ਕਿ ਹੁਣ ਮਸਲਾ ਜਿਹੜਾ ਹੈ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਗਿਆ, ਇਹ ਜਿਹੜਾ ਇਹਦੇ ਤੋਂ ਪਰਦਾ ਉੱਠ ਗਿਆ। ਮੈਂ ਤੁਹਾਡੀ ਗੱਲ ਬਿਲਕੁਲ, ਜਿਹੜੀ ਤੁਸੀਂ ਚੀਮਾ ਸਾਹਿਬ ਦੱਸੀ ਹੈ ਕਿ ਡਿਮਾਂਡ ਵੀ ਹੁੰਦੀ ਰਹੀ, ਜਨਰਲ ਸਟੇਟਮੈਂਟਸ ਵੀ ਆਉਂਦੀ ਰਹੀ, ਬਿਆਨ ਵੀ ਆਉਂਦੇ ਰਹੇ,
मेरा सिर्फ ये पूछना सी कि आर्टिकल जिहड़ा 72 या आर्टिकल 161 दे तहत कोई किसी पंथक धिर वालों बकायदा तौर दे उत्ते एप्लीकेशन दाखिल की गई सी? नहीं नहीं, देखो आर्टिकल 72 ते 161 दी जिहड़ी इंप्लीमेंटेशन है जां उहदी जिहड़ी आधार है ओह बंदा है, मतलब जिहड़ा अक्यूज्ड है जिहनूं सज़ा मिली है उहने एप्लीकेशन। मैं उही कह रहा उहनां कोलों करवाई गई कोई, जिहड़े 6 बंदे जिन्हां दी हुण किहा जा जी। हाँ हाँ, परोल एप्लीकेशन एक लंबा साडे कोल पूरा सिस्टम है। बादल साहब नूं जदों असीं कल मिले सीगे, मैं बादल साहब नूं ओह लैटर दिखाया सीगा वी आह देखो 6/11/13 दा तुहाडा लैटर पंजाब गवर्नमेंट दा डीसी पटियाले दा कढ़िया होया 6/11/13 दा, सिर्फ 6 दिन पहलां भुखदार रखण तों। ਇਹ ਲੈਟਰ ਇਸ ਗੱਲ ਦੀ ਸਿਫਾਰਿਸ਼ ਕਰਦਾ ਜੇਲ੍ਹਾਂ ਦੇ ਆਈ ਜੀ ਚੰਡੀਗੜ੍ਹ ਨੂੰ ਕਿ ਇਹਨਾਂ ਨੂੰ ਪਰੋਲ ਨਾ ਦਿੱਤੀ ਜਾਵੇ, ਅਸੀਂ ਪਰੋਲ ਨਾ ਦੇਣ ਦੀ ਸਿਫਾਰਿਸ਼ ਕਰਦੇ ਹਾਂ। ਜੇ ਆਪਾਂ ਹੀ ਪੰਜਾਬ ਗਵਰਨਮੈਂਟ ਨੇ ਇਹ ਸਿਫਾਰਿਸ਼ ਹੈ ਜਿਹੜੀ ਏਦਾਂ ਦੀ ਕਰਨੀ ਹੈ ਤੇ ਦੱਸੋ ਅੱਗੋ ਅੱਗੋ ਅਸੀਂ ਕੀ ਆਸ ਰੱਖ ਸਕਦੇ ਹਾਂ? ਅੱਗੋ ਉਹ ਤਾਂ ਹੀ ਤੁਹਾਡੀ ਗੱਲ ਮੰਨਣਗੇ, ਤਾਂ ਹੀ ਸਾਨੂੰ ਦੇਣਗੇ ਅਧਿਕਾਰ ਜੇ ਤੁਸੀਂ ਪਰੋਲ ਦੀ ਸਿਫਾਰਿਸ਼ ਕਰੋਗੇ। ਜੇ ਤੁਸੀਂ ਪਰੋਲ ਦੀ ਸਿਫਾਰਿਸ਼ ਨਹੀਂ ਕਰਦੇ ਤਾਂ ਉਹ ਕਿੱਦਾਂ ਦੇਣਗੇ ਸਾਨੂੰ ਇਸ ਗੱਲ ਦਾ ਧਿਆਨ? ਸੋ ਹੁਣ ਤੁਸੀਂ ਜਦੋਂ ਜੀ ਹੁਣ ਤੁਸੀਂ ਬਾਦਲ ਸਾਹਿਬ ਨੂੰ ਮਿਲੇ ਹੋ, ਰਾਸ਼ਟਰਪਤੀ ਕੋਲ ਅਪੀਲ ਕਰਨ ਗਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ ਅੰਡਰ ਦਾ ਆਰਟੀਕਲ 72 ਹੀ ਕਮਿਊਟ ਦੀ ਐਪਲੀਕੇਸ਼ਨ ਪਾਈ ਆ। ਜੀ ਜੀ ਜੀ। ਸੋ ਅਖੀਰ ਦੇ ਵਿੱਚ ਮੈਂ ਚੀਮਾ ਸਾਹਿਬ ਜਾਣਨਾ ਚਾਹੁੰਦਾ ਕਿ ਤੁਹਾਡੀ ਹੁਣ ਬਾਦਲ ਸਾਹਿਬ ਨਾਲ ਗੱਲ ਹੋਈ ਹੈ, ਸਮਾਂ ਬਹੁਤ ਤੇਜ਼ੀ ਦੇ ਨਾਲ ਜਿਸ ਤਰ੍ਹਾਂ ਉਹ ਘੜੀ ਹੈ, ਟਾਈਮ ਕਲੋਕ ਜਿਹੜਾ ਹੈਗਾ ਸਟੋਪ ਵਾਚ ਦੀ ਤਰ੍ਹਾਂ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ, ਭਾਈ ਗੁਰਬਖਸ਼ ਸਿੰਘ ਦੀ ਹਾਲਤ ਬੜੀ ਸੰਜੀਦਾ ਹੈ, ਕੀ ਬਹੁਤ ਨੇੜੇ ਭਵਿੱਖ ਦੇ ਵਿੱਚ ਸਰਕਾਰ ਕੋਈ ਐਮਰਜੈਂਸੀ ਪਾਵਰਸ ਇਸਤੇਮਾਲ ਕਰਕੇ ਇਹਦੇ 'ਤੇ ਕੋਈ ਕਾਰਵਾਈ ਕਰੇਗੀ? ਕੀ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਹੀ ਹੋਏਗੀ ਜਾਂ ਤੁਹਾਨੂੰ ਲੱਗਦਾ ਕਿ ਕੋਈ ਇਹਦੇ ਵਿੱਚ ਕੋਈ ਨਾ ਕੋਈ ਬਿੱਦ ਬਣ ਆਏਗੀ, ਤੁਸੀਂ ਕੀ ਇਹਦੇ 'ਚ ਕਹਿਣਾ? ਹਾਂਜੀ ਹਾਂਜੀ, ਦੇਖੋ ਗੱਲ ਸੁਣੋ, ਸਾਡੀ ਮੀਟਿੰਗ ਤੋਂ ਬਾਅਦ ਜਿਹੜਾ ਗੌਰਮੈਂਟ ਹੈ ਉਹ ਬੜੀ ਛੇਤੀ ਦੇ ਨਾਲ ਉਹਨਾਂ ਨੇ ਕੀਤਾ, ਬਾਦਲ ਸਾਹਿਬ ਨੇ ਅਖਿਲੇਸ਼ ਨੂੰ ਵੀ ਫੋਨ ਕੀਤਾ, ਮੋਦੀ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ। ਹੋ ਸਕਦਾ ਹੈ ਕਿ ਅਖਿਲੇਸ਼ ਨਾਲ ਤਾਂ ਪਹਿਲਾਂ ਵੀ ਸਾਡੀ ਉਹ ਮੁੰਡਾ ਬਰਿਆਮ ਸਿੰਘ ਹੈ ਜਿਹੜਾ ਉੱਥੇ, ਉਹਦੀ ਤਾਂ ਫਾਈਲ ਹੈ ਜਿਹੜੀ ਗਵਰਨਰ ਦੇ ਟੇਬਲ ਦੇ ਉੱਤੇ ਪਈ ਹੈ, ਅੱਜ ਸਾਈਨ ਹੋ ਜਾਣਗੇ ਮੈਨੂੰ ਲੱਗਦਾ। ਅੱਛਾ, ਮੋਦੀ ਸਾਹਿਬ ਨਾਲ ਵੀ ਉਹਨਾਂ ਦੀ ਗੱਲ ਹੋਈ ਆ, ਮੈਨੂੰ ਇਹ ਗੱਲ ਦੱਸੀ ਗਈ ਆ। ਦੂਜੇ ਪਾਸੇ ਅਸੀਂ ਡੀਸੀ ਨੂੰ ਵੀ ਅੱਜ ਸਾਰੇ ਉਹ ਪਰਿਵਾਰ ਨੇ ਡੀਸੀ ਪਟਿਆਲਾ ਨੂੰ ਮੁੜ ਕੇ ਦੁਆਰਾ ਉਹਨਾਂ ਨੇ ਐਪਲੀਕੇਸ਼ਨਾਂ ਦਵਾਈਆਂ ਨੇ ਪਰੋਲ ਵਾਸਤੇ, ਮਤਲਬ ਸਪੀਡ ਤਾਂ ਬਹੁਤ ਜ਼ਿਆਦਾ ਕੱਲ੍ਹ ਦੀ ਤੇਜ਼ ਹੋਈ ਆ, ਮਤਲਬ ਸਾਰਾ ਹੀ ਉਹਨਾਂ ਦੇ ਕਹਿਣ ਦੇ ਬਾਵਜੂਦ ਹੈ। ਪਰ ਦੇਖੋ ਜਦੋਂ ਤੱਕ ਉਹਨਾਂ ਦੀ ਰਿਹਾਈਆਂ ਨਹੀਂ ਹੁੰਦੀਆਂ ਉਹ ਆਣ ਕੇ ਖੜੇ ਨਹੀਂ ਹੁੰਦੇ, ਮਤਲਬ ਗੌਰਮੈਂਟ ਦੇ ਦਾ ਜੋ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤੇਜ਼ੀ ਨਾਲ ਆਪਣਾ ਵਰਕ ਕਰਨਾ ਸ਼ੁਰੂ ਕੀਤਾ ਹੈ। ਮੈਂ ਤਾਂ ਦੇਖੋ ਆਸਵੰਦ ਹੈ, ਮੈਂ ਤਾਂ ਪੋਜ਼ਿਟਿਵ ਹਾਂ, ਮੈਂ ਤਾਂ ਮਤਲਬ ਸਾਡੀ 45 ਮਿੰਟ ਉਹਨਾਂ ਦੇ ਨਾਲ ਬੜੀ ਮਤਲਬ ਘਰੇਲੂ ਮਾਹੌਲ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਗੱਲ ਹੋਈ ਹੈ, ਜਿੱਥੇ ਕਿ ਕੋਈ ਵੀ ਹੋਰ ਸਰਕਾਰੀ ਕੋਈ ਬੰਦਾ ਨਹੀਂ ਸੀ, ਸਿਰਫ ਅਸੀਂ ਬੈਠੇ ਸੀਗੇ ਸਾਰੇ, ਔਰ ਇਹ ਗੱਲ ਮਸਲਾ ਕੌਮੀ ਮਸਲਾ ਸਮਝ ਕੇ ਡਿਸਕਸ ਕੀਤਾ ਗਿਆ। ਸੋ ਮੈਂ ਤਾਂ ਆਸ ਰੱਖਦਾ ਕਿ ਉਹ ਇਹਨੂੰ ਕੌਮੀ ਮਸਲਾ ਸਮਝ ਕੇ ਆਪਣਾ ਫਰਜ਼ ਸਮਝ ਕੇ ਉਹ ਛੇਤੀ ਤੋਂ ਛੇਤੀ ਪੂਰਾ ਕਰਨਗੇ, ਔਰ ਇਹ ਜਿਹੜੀ ਜਿਹੜੀ ਇਹ ਸਾਡੀ ਭਾਈ ਗੁਰਬਖਸ਼ ਸਿੰਘ ਉਹਨਾਂ ਦੀ ਅਰਦਾਸ ਹੈ ਉਹ ਜਿਹੜੀ ਆ ਉਹ ਜ਼ਰੂਰ ਪੂਰੀ ਹੋਊਗੀ ਰਿਹਾਈਆਂ ਦੇ ਲਈ, ਔਰ ਇਸ ਗੱਲ ਦਾ ਪੰਜਾਬ ਗਵਰਨਮੈਂਟ ਨੂੰ ਜਾਂ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਮਾਣ ਹੋਏਗਾ ਜੇ ਉਹ ਲਿਆ ਕੇ ਰੱਖੇਗਾ। ਚਲੋ ਉਹਨਾਂ ਨੇ ਆਪਣਾ ਫਰਜ਼ ਪਛਾਣਿਆ, ਚਾਹੇ ਦੇਰ ਆਣ ਕੇ ਪਛਾਣਿਆ। ਭਾਈ ਹਰਪਾਲ ਸਿੰਘ ਜੀ, ਭਾਈ ਹਰਪਾਲ ਸਿੰਘ ਜੀ, ਹਾਂ ਭਾਈ ਹਰਪਾਲ ਸਿੰਘ, ਸਿਰਫ ਇੱਕ ਅੱਧੇ ਮਿੰਟ ਦੇ ਵਿੱਚ ਮੈਨੂੰ ਇਹ ਦੱਸੋ ਕਿ ਜੇਕਰ ਤੁਹਾਡੀ ਸਾਰੀਆਂ ਸੰਗਤਾਂ ਜਿਹੜੇ ਸਾਰੇ ਜਥੇਬੰਦੀਆਂ ਔਰ ਪੰਜਾਬ ਸਰਕਾਰ ਮਿਲ ਕੇ ਇਹ ਅਗਰ ਐਲਾਨ ਕਰ ਦਿੰਦੀਆਂ ਕਿ ਇਹ ਉਹਨਾਂ ਦੀ ਰਿਹਾਈ ਦੇ ਲਈ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ, ਤਾਂ ਕੀ ਇਹ ਭਾਈ ਗੁਰਬਖਸ਼ ਸਿੰਘ ਦੀ ਅਰਦਾਸ ਨੂੰ ਉਹਨਾਂ ਦੇ ਕੀਤੇ ਹੋਏ ਪ੍ਰਣ ਨੂੰ ਪੂਰਾ ਨਹੀਂ ਕਰਦਾ? ਕੀ ਇਸ ਦੇ ਬਿਨਾਹ ਦੇ ਉੱਤੇ ਇਸ ਗੱਲ ਤੇ ਨਹੀਂ ਉਹਨਾਂ ਨੇ ਮੰਨਣਾ ਹੈਗਾ? ਅੱਛਾ, ਠੀਕ ਹੈ। ਉਹ ਕਹਿੰਦੇ ਆ ਵੀ ਰਿਹਾਈ ਹੋਣੀ ਚਾਹੀਦੀ, ਜਦ ਤੱਕ ਰਿਹਾਈ ਨਹੀਂ ਹੁੰਦੀ ਮੈਂ ਨਹੀਂ ਮੰਨੂਗਾ। ਮਤਲਬ ਸਾਡੀ ਅੱਜ ਤੱਕ ਦੀ ਮੇਰੀ ਕੱਲ ਸ਼ਾਮ ਤੱਕ ਦੀ 11:30 ਦੀ ਉਹਨਾਂ ਨਾਲ ਗੱਲ ਹੋਈ ਸੀਗੀ, ਉਹਦੇ ਚ ਔਰ ਮੈਂ ਅਸੀਂ ਉਹਨੂੰ ਕਹਿਣਾ ਵੀ ਨਹੀਂ ਚਾਹੁੰਦੇ ਇਸ ਗੱਲ ਦੇ ਲਈ, ਅਸੀਂ ਉਹਨੂੰ ਕਹਿਣਾ ਚਾਹੁੰਦੇ ਕਿਉਂਕਿ ਉਹ ਫਾਈਨਲ ਅਥਾਰਟੀ ਨੇ, ਅਸੀਂ ਤਾਂ ਉਹਨਾਂ ਦੇ ਸਹਿਯੋਗੀ ਦੇ ਤੌਰ ਦੇ ਉੱਤੇ ਗੱਲ ਕਰ ਰਹੇ ਹਾਂ। ਸਾਨੂੰ ਅਰਦਾਸ ਦੇ ਸੰਕਲਪ ਦਾ ਵੀ ਪਤਾ, ਔਰ ਅਸੀਂ ਉਹਨਾਂ ਦੀ ਆਪਣੇ ਸਿੱਖ ਸਿਧਾਂਤ ਦੀ ਸਿੱਖ ਸੱਭਿਆਚਾਰ ਦੀ ਮਹੱਤਤਾ ਨੂੰ ਵੀ ਸਮਝਦੇ ਹਾਂ ਤੇ ਉਹ ਵੀ ਸਮਝਦੇ ਹਾਂ, ਹਨਾ, ਪਰ ਅਸੀਂ ਗਵਰਨਮੈਂਟ ਦਾ ਵੀ ਫਰਜ਼ ਸਮਝਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਤੰਤਰ ਹੈ ਛੇਤੀ ਇਸ ਗੱਲ ਦਾ ਕੋਈ ਨਾ ਕੋਈ ਫੈਸਲਾ ਹੋ ਜਾਏਗਾ। ਚਲੋ ਚਲੋ, ਸਾਡੀ ਮੇਰਾ ਖਿਆਲ ਹੈ ਜਿੱਥੇ ਜਿੱਥੇ ਵੀ ਕੋਈ ਸਿੰਘ ਹੈ ਹਰ ਇੱਕ ਦਾ ਮਨ ਇਸ ਵੇਲੇ ਉੱਥੇ ਹੀ ਹੈ, ਅਰਦਾਸ ਹੈ
कि पंथ की चढ़ती कला जी है वह होए और ये जड़ा बंदी छोड़ वाहगुरु जड़ा खुद ही अकाल पुरख है वो ये बंद खलासी क्ढे और ये कौम ये कामयाबी मिले। तुहाडा समा देने लई बहुत बहुत धन्यवाद। वाहिगुरु जी का खालसा वाहिगुरु जी की फतेह। एक गल मैं कहनी चाहना अंब साहब morcha@gmail.com प्लीज इस सारे बंदे अपने अपने जिन्हें भी जथेबंदियां वो अपने समर्थन मते जरूर भेजन। वाहिगुरु जी का खालसा वाहिगुरु जी की फतेह। प्यारे दर्शको सा हरपाल सिंह चीमा सकत्तर पंच प्रधानी वो तुहाडे नाल मुखातब सन और उत्थों अंब साहब मोर्चे तो वो सारे हालात तो जाणू करवा रहे सन। समा है एक छोटे जे वक्फे दा उहदे बाद मुड़ हाजिर होंगे। Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready made or custom made, Breed Furniture can do it all. Te apni pasand da furniture khareedo. Balinder Singh ji nu aaj hi call karo 718-849-4530 or 917-774-8566. Breed Furniture. Jewels, Bansal Group. अरे हुजूर सुबह सुबह इतना खूबसूरत तोहफा खास है रसमलाई वाह देसी काजू के दानों से बनी दूध मलाई और मिठास हल्की सी काजू कतली बम्बई से लाई नहीं अंकल जी शामियाना मिठाई मेड इन अमेरिका शामियाना मिठाई Made pure, made fresh, made here. जो भी पके ऐसा पके जहाँ भी जो हो खींचा चला आए MBH मसाले किचन किंग हो या गरम मसाला पाव भाजी या चंकी चाट मसाला असली मसाले सच सच MBH MBH शुक्रिया लक्ष्मी लोअर जीआई वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी दाल चावल जैसी तो दुनिया में कोई चीज ही नहीं। पर थोड़ी खीर भी मिल जाती तो लक्ष्मी लोअर जीआई वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर जीआई वैल्यू बासमती राइस खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी लक्ष्मी खान भी तो मैं बनाती थी स्पेशली गांव से देसी बेसन मंगवा कर। क्यों यहाँ का बेसन नहीं चलता? यहाँ के बेसन में वो बात कहाँ। पर ये तो लक्ष्मी है इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में लक्ष्मी बेसन मेड प्योर मेड फ्रेश मेड हियर। मिराज बैंकेट हॉल एंड रेस्टोरेंट वेडिंग हो गई या बर्थडे पार्टी मिराज है परफेक्ट हर सेलिब्रेशन लिए। मिराज इंडियन क्यूजिन विद प्रॉपर सिटिंग फैसिलिटी विजिटर्स में प्राइवेट पार्किंग फैसिलिटी भी अवेलेबल है। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey & Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey & Associates now.
ਗੱਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਦਿੱਗਾ ਸਵਾਗਤ ਹੈ। ਭਾਈ ਹਰਪਾਲ ਸਿੰਘ ਜੀ ਚੀਮਾ, ਪੰਚਖਲ ਪ੍ਰਧਾਨੀ ਦੇ ਸਕੱਤਰ ਜਨਰਲ, ਉਹ ਤੁਹਾਡੇ ਨਾਲ ਅੰਬ ਸਾਹਿਬ ਮੋਰਚੇ ਤੋਂ ਸਾਰੇ ਹਾਲਾਤ ਦਾ ਜ਼ਿਕਰ ਕਰ ਰਹੇ ਸਨ। ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਕੁਰਬਾਨੀ, ਜਿਹੜੀ ਉਹਨਾਂ ਦੀ ਹਿੰਮਤ, ਜਿਹੜੀ ਉਹਨਾਂ ਦੀ ਅਰਦਾਸ, ਉਹ ਜਿਸ ਢੰਗ ਦੇ ਨਾਲ ਆਪਣੇ ਲਈ ਨਹੀਂ, ਕਿਸੇ ਆਪਣੀ ਨਿੱਜੀ ਮੰਗ ਲਈ ਨਹੀਂ, ਸਿਰਫ ਧਾਰਮਿਕ ਜਜ਼ਬੇ ਔਰ ਪੰਥਕ ਜਜ਼ਬੇ ਦੇ ਨਾਲ ਉਹਨਾਂ ਨੇ ਜਿਹੜਾ ਕਾਰਜ ਆਰੰਭਿਆ, ਇਹ ਹੁਣ ਪੰਥ ਦੇ ਜ਼ਿੰਮੇ ਹੈ, ਪੰਥ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਪੂਰਾ ਕਰਦਾ ਹੈ। ਔਰ ਖਾਸ ਕਰਕੇ ਜਦੋਂ ਇਹ ਸਾਰਾ ਹਫ਼ਤਾ ਹੀ ਅਗਲਾ ਉਹਨਾਂ ਅਦੁੱਤੀ ਕੁਰਬਾਨੀਆਂ ਦਾ ਹੈ, ਜਿਹਦੇ ਚਾਰ ਸਾਹਿਬਜ਼ਾਦੇ ਔਰ ਮਾਤਾ ਜੀ ਵੀ ਸ਼ਹੀਦ ਹੋਏ, ਸਾਕਾ ਸਰਹੰਦ ਔਰ ਚਮਕੌਰ ਦੀ ਗੜੀ, ਸਾਡੇ ਸਿਰ ਦੇ ਉੱਤੇ ਬਹੁਤ ਵੱਡਾ ਕਰਜ਼ਾ ਹੈ ਕੌਮ ਦਾ। ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਨੇ ਦੋ ਲਾਈਨਾਂ ਲਿਖੀਆਂ ਸੀ, ਜਿਸ ਕੁੱਲ ਕੌਮ ਜਾਤ ਕੇ ਬੱਚੇ ਦੇ ਸਕਤੇ ਹੈ ਯੂੰ ਬਲੀਦਾਨ, ਵਰਤਮਾਨ ਕੁਛ ਵੀ ਹੋ ਭਵਿਸ਼ਯ ਹੈ ਉਸਕਾ ਬੜਾ ਮਹਾਨ। ਸਾਡੇ ਸਿਰ ਦੇ ਉੱਤੇ ਕਰਜ਼ਾ, ਉਹਨਾਂ ਨੇ ਕੁਰਬਾਨੀ ਸਿਰਫ ਇਸ ਲਈ ਦਿੱਤੀ, ਸਿੱਖੀ ਕੇਸਾਂ ਸਵਾਸਾਂ ਸੰਗ ਨੇ ਬਜਾਏ। ਲੋੜ ਹੈ ਇੱਕ ਆਤਮ ਨਿਰੀਖਣ ਦੀ, ਇੰਟਰੋਸਪੈਕਸ਼ਨ ਦੀ, ਅਸੀਂ ਕਿੱਥੇ ਖੜ੍ਹੇ ਹਾਂ। ਅਸੀਂ ਨਾਲ ਨਾਲ ਤੁਸੀਂ ਸਾਹਿਬਜ਼ਾਦਿਆਂ ਦੀ ਉਹਨਾਂ ਮਹਾਨ ਕੁਰਬਾਨੀਆਂ, ਅਗਲੇ ਹਫ਼ਤੇ ਅਸੀਂ ਪੂਰਾ ਪ੍ਰੋਗਰਾਮ ਦੇਵਾਂਗੇ, ਤੁਸੀਂ ਉਹਦੇ ਬਾਰੇ ਵੀ ਔਰ ਭਾਈ ਗੁਰਬਖਸ਼ ਸਿੰਘ ਦੇ ਬਾਰੇ, ਜੋ ਉੱਥੇ ਮੋਰਚਾ ਚੱਲ ਰਿਹਾ ਹੈ, ਜੋ ਜਿਸ ਮਕਸਦ ਲਈ ਉਹ ਇੰਨੇ ਵੱਡੇ ਉਹਨਾਂ ਨੇ ਇੱਕ ਮੁਹਿੰਮ ਵਿੱਢੀ ਹੈ, ਜਿਸ ਨੂੰ ਲੱਗਦਾ ਹੈ ਸ਼ਾਇਦ ਬੂਰ ਪੈਣ ਲੱਗਾ, ਗੁਰੂ ਕਿਰਪਾ ਕਰੇ ਉਹ ਮਕਸਦ ਜਿਹੜਾ ਉਹਨਾਂ ਦਾ ਨਿੱਜੀ ਨਹੀਂ, ਉਹ ਕੌਮੀ ਮਕਸਦ ਹੈ, ਉਸ ਦੇ ਵਿੱਚ ਉਹ ਕਾਮਯਾਬ ਹੋਣ। ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ ਕਿ ਭਾਈ ਗੁਰਬਖਸ਼ ਸਿੰਘ ਦੇ ਜਿਹੜਾ ਉਹਨਾਂ ਨੇ ਇਹ ਮੰਗ ਰੱਖੀ ਕਿ ਜਿਹੜੇ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਉਹ ਰਿਹਾਅ ਕੀਤੇ ਜਾਣ। ਔਰ ਹੁਣ ਗੱਲਬਾਤ ਦੇ ਬਾਅਦ ਜਿਹੜੇ ਉੱਥੇ ਨਾਲ ਪ੍ਰਬੰਧਕ ਹਨ, ਉਹਨਾਂ ਨੇ 6 ਸਿੰਘਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਦੇ ਵਿੱਚੋਂ 3 ਬੁੜੈਲ ਵਿੱਚ, 1 ਪੀਲੀਭੀਤ ਵਿੱਚ ਔਰ ਇਸ ਤਰ੍ਹਾਂ ਬਾਹਰ ਦੂਜੀਆਂ ਜੇਲ੍ਹਾਂ ਦੇ ਵਿੱਚ ਵੀ ਹਨ, ਔਰ 1 ਸਿੰਘ ਨਾਭੇ ਦੀ ਜੇਲ੍ਹ ਵਿੱਚ ਵੀ ਹੈ। ਸਰਕਾਰ ਹਰਕਤ ਵਿੱਚ ਆਈ, ਭਾਵੇਂ ਦੇਰੀ ਨਾਲ ਹੀ ਆਈ, ਤੁਸੀਂ ਇਹਨਾਂ ਦੇ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦਰਜ ਕਰਾ ਸਕਦੇ ਹੋ। ਤੁਸੀਂ ਜ਼ਰੂਰ ਫੋਨ ਕਰਕੇ ਕੀ ਹੋਣਾ ਚਾਹੀਦਾ, ਕੀ ਤੁਹਾਨੂੰ ਲੱਗਦਾ ਕਿ ਇਸ ਦੇ ਬਾਰੇ ਕੁਛ ਮੋਰਚੇ ਦਾ ਕੀ ਬਣੇਗਾ। ਭਾਈ ਗੁਰਬਖਸ਼ ਸਿੰਘ ਦੀ ਹਾਲਤ ਜਿਵੇਂ ਦੱਸ ਰਹੇ ਹਨ ਕਿ ਕਾਫੀ ਚਿੰਤਾਜਨਕ ਬਣਦੀ ਜਾ ਰਹੀ ਹੈ, ਸਮਾਂ ਬਹੁਤ ਘੱਟ ਹੈ, ਤੁਹਾਡੇ ਵਿਚਾਰ ਜ਼ਰੂਰੀ ਹਨ। ਹੈਲੋ 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 ਲਾਂਬਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਪਾਲ ਸਿੰਘ ਬਰਾੜ ਬੋਲ ਰਿਹਾ ਜੀ। ਜੀ ਸਤਪਾਲ ਸਿੰਘ ਜੀ, ਜੀ ਬਰਾੜ ਸਾਹਿਬ, ਹੁਕਮ ਕਰੋ। ਸਰ ਤੁਸੀਂ ਬਹੁਤ ਵਧੀਆ, ਅੱਜ ਬਹੁਤ ਹੀ ਪ੍ਰੈਜੈਂਟੇਸ਼ਨ ਵਧੀਆ ਸੀਗੀ ਤੁਸੀਂ ਭਾਈ ਸਾਹਿਬ ਨੂੰ ਲਿਆਂਦਾ, ਤਾਂ ਕਿ ਹਕੀਕਤ ਦਾ ਪਤਾ ਲੱਗ ਸਕਿਆ ਜੀ। ਬਾਕੀ ਤੁਹਾਡੀ ਤਰ੍ਹਾਂ ਹਰੇਕ ਹੀ ਸਿੱਖ ਆ ਜਿਹੜਾ ਚਿੰਤਾ ਦਾ ਭਾਈ ਸਾਹਿਬ ਦੀ ਸਿਹਤ ਬਾਰੇ ਜੀ, ਤੇ ਗੁਰੂ ਮਹਾਰਾਜ ਮੂਰੇ ਆਪਾਂ ਸਾਰੇ ਹੀ ਅਰਦਾਸ ਕਰੀਏ ਕਿ ਇਹਦਾ ਸਾਰਥਕ ਹੱਲ ਨਿਕਲ ਆਵੇ ਜੀ। ਜੀ ਜੀ। ਤੇ ਜਿਸ ਤਰ੍ਹਾਂ ਹੁਣ ਸਾਰਾ ਕੁਛ ਸਰਗਰਮੀਆਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ, ਅਸੀਂ ਵੀ ਰਾਤ ਵੀ ਸਾਡੀ ਗੱਲਬਾਤ ਹੋਈ ਉਹ ਇੰਡੀਆ ਇਸੇ ਮਾਮਲੇ ਤੇ ਹੀ, ਸਾਡੇ ਵੱਲੋਂ ਤਾਂ ਵੱਧ ਤੋਂ ਵੱਧ ਪ੍ਰੈਸ਼ਰ ਜਿੰਨਾ ਅਸੀਂ ਪਾ ਸਕਦੇ ਹਾਂ ਜੀ, ਕਿ ਭਾਈ ਸਾਹਿਬ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ, ਮਸਲੇ ਦਾ ਹੱਲ ਕੱਢਿਆ ਜਾਵੇ ਜੀ। ਤੇ ਬਾਕੀ ਤੁਹਾਡਾ ਵਿਸ਼ੇਸ਼ ਧੰਨਵਾਦ ਕਿ ਤੁਸੀਂ ਸਾਰੀ ਅਮਰੀਕਾ ਦੇ ਭਾਈ ਸਾਹਿਬ, ਕਿਸੇ ਵਿਅਕਤੀ ਦੇ ਧੰਨਵਾਦ ਦੀ ਜਾਂ ਕੋਸ਼ਿਸ਼ ਦੀ ਗੱਲ ਨਹੀਂ, ਗੱਲ ਤਾਂ ਬੜੀ ਸਿੱਧੀ ਜੀ ਹੈ, ਜਿਹੜਾ 2+2=4 ਹੈ, ਕਿ ਜੇ ਤਾਂ ਸਿੰਘ ਰਿਹਾ ਹੋਣਗੇ ਤਾਂ ਭਾਈ ਗੁਰਬਖਸ਼ ਸਿੰਘ ਆਪਣਾ ਹੱਠ ਛੱਡਣਗੇ, ਨਹੀਂ ਤਾਂ ਉਹ ਆਪਣੇ ਹੱਠ 'ਤੇ ਕਾਇਮ ਹੈ। ਕੀ ਮਤਲਬ ਬਹੁਤ ਛੇਤੀ ਬਿਨਾਂ ਦੇਰੀ ਦੇ
ਉਹਨਾਂ ਨੂੰ ਛੱਡਣ ਦੇ ਬਾਰੇ ਇਹਨਾਂ ਨਾਲ ਹੋ ਗਈ ਹੈ ਜੀ, ਕਾਫੀ ਲੰਮੀ ਮੀਟਿੰਗ ਹੋਈ ਹੈ 45 ਮਿੰਟ ਦੀ, ਉਹਦੇ ਵਿੱਚ ਬਹੁਤ ਚੰਗੇ ਨਤੀਜੇ ਨਿਕਲਣ ਦੀ ਆਸ ਹੈ, ਸਾਨੂੰ ਪੂਰੀ ਉਮੀਦ ਹੈ ਕਿ 24 ਘੰਟੇ ਦੇ ਵਿੱਚ ਕੋਈ ਨਾ ਕੋਈ ਚੰਗਾ ਸਾਰਥਕ ਹੱਲ ਨਿਕਲ ਆਊਗਾ ਜੀ। ਤੁਸੀਂ ਕਹਿ ਰਹੇ ਹੋ 24 ਘੰਟੇ 'ਚ ਮਤਲਬ ਉਹ ਰਿਹਾ ਹੋ ਜਾਣਗੇ ਸਿੰਘ? ਦੇਖੋ ਜੀ, ਜਿਹੜਾ ਜਿਹੜੀ ਕੰਪਲੀਕੇਸ਼ਨ ਹੈਗੀ ਹੈ, ਲੀਗਲੀ ਕੰਪਲੀਕੇਸ਼ਨ ਹੈ, ਉਹਦੇ ਬਾਰੇ ਵੀ ਜਾਣੂ ਕਰਾਤਾ ਹੈ ਸਾਰੇ ਜਿਹੜੇ ਡੈਲੀਗੇਸ਼ਨ ਸੀਗਾ, ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਦੇ ਸਾਰਥਕ ਮਾਹੌਲ ਬਣ ਰਿਹਾ, ਕਿਉਂਕਿ ਇਸ ਮੌਕੇ ਜਿਹੜਾ ਟਾਈਮ ਹੈ ਸਭ ਤੋਂ ਕ੍ਰਿਟੀਕਲ ਟਾਈਮ ਹੈ, ਵੀ ਭਾਈ ਸਾਹਿਬ ਦੀ ਸਿਹਤ ਉਦੋਂ ਵੱਧ ਡਿਟੀਰੋਟੇਟ ਨਾ ਹੋਵੇ, ਉਦੋਂ ਪਹਿਲਾਂ ਕੋਈ ਨਾ ਕੋਈ ਕੋਈ ਨਾ ਕੋਈ ਭਰੋਸਾ ਮਿਲ ਜੇ ਜਾਂ ਰਿਹਾਈ ਹੋ ਜੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਗੁਰੂ ਮਾਰੂ ਅਰਦਾਸ ਕਰ ਰਹੀਆਂ, ਉਹ ਸਾਰੇ ਸਰਗਰਮਾਂ ਇਹਦਾ ਕੋਈ ਨਾ ਕੋਈ ਸਾਰਥਕ ਹੱਲ ਜ਼ਰੂਰ ਨਿਕਲੂਗਾ ਜੀ। ਕਹਿਣਾ ਨਹੀਂ ਚਾਹੀਦਾ, ਪਰ ਜੇ ਅਗਰ ਭਾਈ ਸਾਹਿਬ ਦੀ ਜਿਹੜੀ ਅਰਦਾਸ ਹੈ ਬੜੀ ਸਪਸ਼ਟ ਹੈ, ਜੇ ਅਗਰ ਸਮਾਂ ਰਹਿੰਦੇ ਇਹ ਨਾ ਹੋ ਸਕਿਆ, ਫਿਰ ਕੀ ਸਾਰੀਆਂ ਪੰਥਕ ਧਿਰਾਂ ਇਸ ਦੇ ਲਈ ਜ਼ਿੰਮੇਵਾਰ ਨਹੀਂ ਮੰਨੀਆਂ ਜਾਣਗੀਆਂ, ਜਾਂ ਘੱਟੋ ਘੱਟ ਪੰਜਾਬ ਸਰਕਾਰ ਇਹਦੇ ਲਈ ਜ਼ਿੰਮੇਵਾਰ ਨਹੀਂ ਹੋਏਗੀ? ਦੇਖੋ ਜੀ, ਇਸ ਸਮੇਂ ਸਭ ਤੋਂ ਪਹਿਲਾਂ ਆਪਾਂ ਪੋਜ਼ਿਟਿਵ ਸੋਚੀਏ, ਗੁਰੂ ਮਹਾਰਾਜ ਅਰਦਾਸ ਕਰੀਏ ਕਿ ਸਾਰਥਕ ਹੱਲ ਨਿਕਲ ਆਵੇ ਜੀ। ਗੁਰੂ ਮਹਾਰਾਜ ਬੜਾ ਬਖਸ਼ਣਹਾਰ ਹੈ, ਹਰ ਗੱਲ ਦਾ ਹੱਲ ਉਹਦੇ ਹੱਥ ਵਿੱਚ ਹੈ, ਸਾਨੂੰ ਪੂਰੀ ਉਮੀਦ ਹੈ ਇਹਨਾਂ ਦਾ ਸੰਘਰਸ਼ ਹੈ ਨਵੇਂ ਰਿਜ਼ਲਟ ਲਿਆਊਗਾ, ਬਹੁਤ ਸਾਰਥਕ ਰਿਜ਼ਲਟ ਆਉਣਗੇ ਜੀ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ। ਔਰ ਮੇਰਾ ਖਿਆਲ ਹੈ ਹੁਣ ਸਿਰਫ ਜਿਵੇਂ ਸਰਕਾਰੀ ਮੀਟਿੰਗਾਂ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹਦਾ ਕੋਈ ਪੱਕੇ ਤੌਰ ਦੇ ਉੱਤੇ ਇਸ ਦੇ ਲਈ ਕੋਈ ਨਾ ਕੋਈ ਕਾਰਵਾਈ ਜੇ ਨਹੀਂ ਹੋਏਗੀ, ਕਿਉਂਕਿ ਸਿੰਘ ਸ਼ਾਇਦ ਉਹ ਕੁਰਬਾਨੀ ਦੇਣੀ ਜਾਣਦੇ ਹੈ, ਔਰ ਆਪਣੇ ਹੱਠ ਦੇ ਉੱਤੇ ਰਹਿ ਕੇ ਅਸੀਂ ਅਰਦਾਸ ਵੀ ਕਰਦੇ ਹਾਂ, ਹੱਠੀਆਂ ਜੱਪੀਆਂ ਤੱਪੀਆਂ ਉਹਨਾਂ ਦਾ ਨਾਮ ਵੀ ਲੈਂਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਰਾੜ ਸਾਹਿਬ, ਥੈਂਕ ਯੂ, ਸ਼ੁਕਰੀਆ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਜਸਵੀਰ ਸਿੰਘ ਬੋਲ ਰਿਹਾ ਦੁਨੀਆ ਤੋਂ ਜੀ। ਜੀ ਜੀ ਭਾਈ ਸਾਹਿਬ, ਹਾਂਜੀ, ਹੁਕਮ ਕਰੋ। ਮੈਂ ਇਹ ਕਹਿਣਾ ਸੀ ਕਿ ਜਿਹੜੀ ਲਿਸਟ ਹੈਗੀ ਆ ਜੀ, ਇਸ ਤੇ ਬਹੁਤ ਛੋਟੀ ਜੀ ਹੈ, ਤੇ ਮੈਂ ਤਾਂ ਹੁਣੇ ਨਿਊਜ਼ ਦੇਖੀ ਸੀ, ਉਹ ਕੈਪਟਨ ਅਰਵਿੰਦਰ ਸਿੰਘ ਤੋਂ ਕਹਿ ਰਹੇ 280 ਬੰਦੇ ਹੈਗੇ ਨੇ ਫਸੇ ਹੋਏ ਜੀ, ਕਿਉਂ ਗੌਰਮੈਂਟ ਕਿਉਂ ਨਹੀਂ ਆਪਣੇ ਲਿਸਟ ਦੇ ਸਕਦੀ ਵੀ ਜਿਹਨਾਂ ਦੀ ਕੈਦ ਹੋ ਚੁੱਕੀ ਪੂਰੀ ਉਹਨਾਂ ਦੀ ਇਹ ਲਿਸਟ ਹੈਗੀ ਹੈ ਜੀ? ਬਿਲਕੁਲ, ਗੱਲ ਇਹ ਹੈਗੀ ਹੈ ਕਿ ਭਾਈ ਸਾਹਿਬ ਦੇ ਜਿਹੜੀ ਹੁਣ ਉਹਨਾਂ ਨੇ ਜਿਹੜੀ ਮੁਹਿੰਮ ਵਿੱਢੀ, ਉਹਦੇ ਵਿੱਚ ਘੱਟੋ ਘੱਟ ਇਹ 6 ਨਾਂ ਸਾਹਮਣੇ ਆਏ ਜਿਹੜੇ ਪ੍ਰਬੰਧਕਾਂ ਨੇ ਦਿੱਤੇ। ਸੋ ਭਾਈ ਸਾਹਿਬ ਦੀ ਜਿਹੜੀ ਮੰਗ ਹੈਗੀ ਹੈ ਕਿ ਇਹ 6 ਬੰਦੇ ਰਿਹਾ ਕੀਤੇ ਜਾਣ ਬਿਨਾਂ ਕਿਸੇ ਦੇਰੀ ਦੇ, ਉਹਦੇ ਬਾਅਦ ਫਿਰ ਜਿਹੜਾ ਹੈਗਾ ਇੱਕ ਪ੍ਰੋਸੈਸ ਸ਼ੁਰੂ ਹੋਏਗਾ, ਇਹਦੇ ਬਾਅਦ ਜਿਹੜਾ ਉਹ ਪਤਾ ਨਹੀਂ ਕਿੰਨੇ ਹੈ, ਉਹ ਫਿਰ ਕੁਦਰਤੀ ਤੌਰ ਦੇ ਉੱਤੇ ਉਹਦੇ ਲਈ ਚਾਰਾਜੋਈ ਵੀ ਹੋਏਗੀ, ਔਰ ਸਾਰੇ ਮਿਲ ਕੇ ਉਹਦੇ ਲਈ ਜ਼ਰੂਰ ਉਪਰਾਲਾ ਵੀ ਹੋਏਗਾ। ਪਰ ਇੱਕ ਗੱਲ ਤਾਂ ਪੱਕੀ ਹੈ ਕਿ ਭਾਈ ਸਾਹਿਬ ਦਾ ਜੀ, ਇਹ ਜਿਹੜੀ ਲਿਸਟ ਹੈ, ਇਹੀ ਕੈਦੀ ਨਹੀਂ ਹਨ, ਇਹ 20 ਕੈਦੀ ਹਨ, ਇਹੀ ਨਹੀਂ ਹਨ ਬਲਕਿ ਇਹ 20 ਹਨ ਜੀ। ਇਹਨਾਂ ਨੇ ਸ਼ੁਰੂਆਤ ਜਿਹੜੀ ਹੈ ਭਾਈ ਸਾਹਿਬ ਨੇ ਆਪਣੀ ਕਰਕੇ, ਔਰ ਇੱਕ ਉਹਨਾਂ ਨੇ ਮਜਬੂਰ ਕਰ ਦਿੱਤਾ ਹੈ ਕਿ ਸਾਰੀ ਕੌਮ ਨੂੰ ਘੱਟੋ ਘੱਟ ਇੱਕ ਪਾਸੇ ਲਿਆ ਕੇ ਉਹਨਾਂ ਨੇ ਇਸ ਮਸਲੇ ਵੱਲ, ਜਿਹਦੇ ਤੋਂ ਸ਼ਾਇਦ ਅਸੀਂ ਆਪ ਦੇਖ ਲਈਏ, ਅਸੀਂ ਵੀ ਕਦੇ ਇਹਦੇ ਬਾਰੇ ਕੋਈ ਗੱਲ ਨਹੀਂ ਸੀ ਕੀਤੀ, ਕਿਉਂਕਿ ਲੱਗਦਾ ਹੀ ਨਹੀਂ ਸੀ ਕਿ ਸਾਡੇ ਲਈ ਇਹ ਕੋਈ ਮਸਲਾ ਵੀ ਹੈ। ਪਰ ਇਹ ਜਿਹੜਾ ਸਾਰੇ ਦਾ ਸਾਰਾ ਸਿਹਰਾ ਭਾਈ ਸਾਹਿਬ ਗੁਰਬਖਸ਼ ਸਿੰਘ ਦੇ ਸਿਰ 'ਤੇ ਜਾਏਗਾ, ਜਿਨ੍ਹਾਂ ਦੇ ਅੰਦਰ ਉਹ ਆਗੂ ਵਾਲੇ ਗੁਣ ਵੀ ਹਨ, ਕਿਉਂਕਿ ਜਿਹੜੇ ਉਹਨਾਂ ਦੇ ਕੋਲ ਆ ਰਹੇ ਹਨ ਉਹਨਾਂ ਨੂੰ ਉਹ ਕਹਿ ਰਹੇ ਹਨ ਕਿ ਤੁਸੀਂ ਤਿਆਰ ਬਾਰ ਤਿਆਰ ਹੋਵੋ ਔਰ ਸਭ ਸੂਰਤ ਹੋਵੋ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ, ਬਹੁਤ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਵਧੀਆ ਤੁਸੀਂ ਕਰ ਰਹੇ ਹੋ, ਪਰ ਭਾਈ ਸਾਹਿਬ ਜਿੰਨੇ ਬਾਕੀ ਚੈਨਲ ਜਿਹੜੇ ਆਪਾਂ ਜਿੱਦਾਂ ਭਾਈ ਸਾਹਿਬ ਦੀਆਂ ਆਪਾਂ ਨੂੰ ਜਿੱਦਾਂ ਜਾਣ ਤੁਸੀਂ ਹੁਣ ਕਰ ਰਹੇ ਹਾਂ ਜਾਂ ਇੱਕ ਡੇ ਐਂਡ ਨਾਈਟ ਕਰ ਰਿਹਾ, ਆਪਾਂ ਨੂੰ ਜਿਹੜੇ ਦੂਸਰੇ ਚੈਨਲ ਚੱਲ ਰਿਹਾ ਜਿਹੜਾ PTC ਪੰਜਾਬੀ ਚੱਲ ਰਿਹਾ, ਮੈਂ ਨਾ ਉਹਦੇ 'ਤੇ ਕੋਈ ਟਾਕ ਸ਼ੋਅ ਦੇਖਿਆ ਨਾ ਕੋਈ ਖਬਰ ਲੱਗ ਰਹੀ ਆ ਜੀ। ਅਗਰ ਆਪਾਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ, ਪੰਜਾਬੀ ਜਾਂ ਪੰਜਾਬੀ ਚੈਨਲ ਚੱਲਦੇ ਆ, ਪਰ ਉਹਨਾਂ ਨੂੰ ਜਿੱਦਾਂ ਉਹ ਚੈਨਲ ਦਾ ਬਾਈਕਾਟ ਕਿਉਂ ਨਹੀਂ ਕਰਦੇ ਆਪਾਂ, ਜਿੱਦਾਂ ਤੁਸੀਂ ਆ ਨਿਰਪੱਖ ਹੋ ਕੇ ਪੰਥਕ ਦੇ ਸਾਹ ਦਾ ਨਾਰਾ ਮਾਰਦੇ ਹੋ, ਪਰ ਉਹ ਕਿਉਂ ਨਹੀਂ ਕਰਿਆ ਜੀ? ਆਪਾਂ ਗੱਲਾਂ ਤਾਂ ਕਰੀ ਜਾਂਦੇ ਪਰ ਉਹਨਾਂ ਬਾਰੇ ਨਹੀਂ ਆਪਾਂ ਕਦੇ ਇਸ ਟੋਪਿਕ ਤੇ ਗੱਲ। ਬਹੁਤ ਮੇਰਾ ਸਾਡਾ ਜਿਹੜਾ ਮੀਡੀਆ ਦੇ ਉੱਤੇ ਕਿਸੇ ਕਿਸਮ ਦਾ ਕੋਈ ਟਿੱਪਣੀ ਦਾ ਨਹੀਂ। ਦੇਖੋ ਭਾਈ ਸਾਹਿਬ ਦੇ ਜਿਹੜਾ ਮਰਨ ਵਰਤ ਰੱਖਿਆ, ਉਹਨਾਂ ਨੇ ਜਿਹੜੀ ਭੁੱਖ ਹੜਤਾਲ ਸ਼ੁਰੂ ਕੀਤੀ,
ਤੁਸੀਂ ਹਿੰਦੁਸਤਾਨ ਦਾ ਸਾਰੇ ਦਾ ਸਾਰਾ ਮੀਡੀਆ ਜਿਹੜਾ ਹੈ, ਸਾਰੇ ਦਾ ਸਾਰਾ ਮੀਡੀਆ, ਭਾਵੇਂ ਪ੍ਰਿੰਟ ਮੀਡੀਆ ਭਾਵੇਂ ਇਲੈਕਟ੍ਰੋਨਿਕ ਮੀਡੀਆ, ਸਿਰਫ ਇੱਕ ਦਾ ਹਿੰਦੂ ਜਿਹੜਾ ਮਦਰਾਸ ਤੋਂ ਛਪਦਾ, ਜਾਂ BBC ਨੇ ਆਪਣੇ ਉਹਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਔਰ ਬੜੇ ਵਿਸਥਾਰ ਸਹਿਤ ਕੀਤਾ। ਸੋ ਇਹ ਤਾਂ ਕੁਦਰਤੀ ਤੌਰ ਦੇ ਉੱਤੇ ਹੈ ਕਿ ਜਦੋਂ ਫਿਰ ਗੱਲ ਮਜਬੂਰ ਕਰ ਦਿੱਤੀ ਜਾਏ ਅਗਲੇ ਨੂੰ ਤਾਂ ਇਹ ਹੁੰਦੀ ਹੈ, ਵੈਸੇ ਨਹੀਂ ਹੁੰਦੀ ਹੈਗੀ। ਸੋ ਇਹਦੇ 'ਤੇ ਕੋਈ ਗਿਲਾ ਨਹੀਂ ਹੈ, ਪਰ ਗੱਲ ਇਹ ਹੈ ਕਿਸੇ ਕੁਰਬਾਨੀ ਨੂੰ ਰੋਕਿਆ ਤਾਂ ਜਾ ਸਕਦਾ ਹੈ ਪਰ ਦਬਾਇਆ ਨਹੀਂ ਜਾ ਸਕਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਅਸੀਂ ਆਪਣਾ ਫਰਜ਼ ਪੂਰਾ ਕਰੀਏ, ਹਰ ਬੰਦੇ ਦੇ ਵਜ਼ਨ ਚੁੱਕਣ ਦੀ ਸਮਰੱਥਾ ਹੈ, ਜੋ ਅਸੀਂ ਚੁੱਕ ਸਕਦੇ ਹਾਂ ਅਸੀਂ ਜ਼ਰੂਰ ਚੁੱਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ, ਸ਼ੁਕਰੀਆ। ਸੋ ਪਿਆਰੇ ਦਰਸ਼ਕੋ, ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। ਅਸੀਂ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਮੁੜ ਹਾਜ਼ਰ ਹੋਵਾਂਗੇ, ਪਰ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ 516-825-0006 ਦੇ ਉੱਤੇ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਅਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਿਸ, MTA ਟੈਕਸਿਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। ਵੀ ਕਵਰ ਆਲ 50 ਸਟੇਟਸ। ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 718-371-5555, 718-426-5695। ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ, ਟੈਕਸੀ ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਇਵੋਰਸ ਕੇਸਿਸ, ਬਿੱਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪੁਆਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888-824-7227 ਅਤੇ 917-728-0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. मम्मी ने तेल असली घी भेजा है और मैंने स्पेशली पैक किया। अच्छा जल्दी आना। क्या कर रही है लक्ष्मी? आई आई, पहले अपनी आंखें बंद करो।
दीदी ऐसा घी सिर्फ मम्मी ही बना सकती है। सब लक्ष्मी माँ की कृपा है। लक्ष्मी घी, मेड प्योर, मेड फ्रेश, मेड हियर। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਭਾਈ ਗੁਰਬਖਸ਼ ਸਿੰਘ ਜੀ ਦੀ ਜੋ ਹਾਲਤ ਹੈ, ਜੋ ਉਹਨਾਂ ਦਾ ਇਰਾਦਾ ਹੈ, ਉਸ ਦੇ ਬਾਰੇ ਸਾਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ। ਤੁਹਾਡੇ ਵਿਚਾਰਾਂ ਦਾ ਸਮਾਂ ਹੈ, ਤੁਹਾਡੇ ਵਿਚਾਰਾਂ ਦੀ ਮੰਗ ਹੈ, ਬੇਨਤੀ ਹੈ ਕਿ ਤੁਸੀਂ ਜ਼ਰੂਰ ਕਾਲ ਕਰੋ 516-825-0006 'ਤੇ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੇਰਾ ਨਾਮ ਗੁਰਚਰਨ ਸਿੰਘ ਪਸੀਨ ਹੈ ਜੀ। ਪਸੀਨ ਸਾਹਿਬ, ਜਿਹੜਾ ਭਾਈ ਗੁਰਬਖਸ਼ ਸਿੰਘ ਜੀ ਨੇ ਅੱਜ 35 ਦਿਨ ਹੋ ਗਏ ਜਿਨ੍ਹਾਂ ਨੇ ਵਰਨ ਵਰਤ ਰੱਖਿਆ ਜੀ, ਔਰ ਕਈਆਂ ਨੇ ਉਹਨਾਂ ਤੋਂ ਉੱਤੇ ਬਲੇਮ ਵੀ ਲਗਾਇਆ ਹੈ ਕਿ ਇਹਨਾਂ ਨੇ ਪ੍ਰਸ਼ਾਦ ਰੋਜ਼ ਛਕਦੇ। ਉਹ ਕਹਿੰਦਾ ਅਸੀਂ ਕਤਰਾ ਬਾਅਦ ਪ੍ਰਸ਼ਾਦ ਲੈਂਦੇ ਹਾਂ, ਕਤਰਾ ਜਿਹਨੂੰ ਕਹਿੰਦੇ ਕਣਕ, ਕਣਕੜਾ ਉਹਨਾਂ ਕਣਕ ਦਾ ਦਾਣੇ ਤੋਂ ਵੀ ਥੋੜਾ, ਕਿਉਂਕਿ ਗੁਰੂ ਦੇ ਪ੍ਰਸ਼ਾਦ ਨੂੰ ਕਦੀ ਦੁਲਕਾਇਆ ਨਹੀਂ ਜਾਂਦਾ। ਸਮਝ ਗਿਆ, ਉਹ ਪੂਰੇ ਗੁਰਸਿੱਖੀ ਦੇ ਸੂਲਾਂ ਤੇ ਚੱਲਦੇ ਪਏ, ਉਹ ਬੜੇ ਪਿਆਰ ਨਾਲ ਚੱਲਦੇ ਪਏ। ਔਰ ਮੈਂ ਜੱਟ ਪੰਜਾਬੀ ਨੂੰ ਵੀ ਧੰਨਵਾਦ ਦੇਣਾ ਜਿਹਨਾਂ 4-5 ਦਿਨ ਤੋਂ ਲਗਾਤਾਰ ਇਹ ਪ੍ਰੋਗਰਾਮ ਦਿਖਾ ਰਹੇ, ਬਹੁਤ ਅੱਛਾ ਪ੍ਰੋਗਰਾਮ ਹੈ। ਇੱਥੋਂ ਤੱਕ ਬੇਅੰਤ ਸਿੰਘ ਦੇ ਪੋਤਰੇ ਨੇ ਵੀ ਅੱਜ ਕਹਿ ਦਿੱਤਾ ਕਿ ਉਹਨਾਂ ਨੂੰ ਛੁੱਟ ਦਿਓ ਜਿਹੜਾ ਨੇ ਸਜ਼ਾਵਾਂ ਭੁਗਤਣੀਆਂ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਜਿਨ੍ਹਾਂ ਦਾ ਕਤਲ ਹੋਇਆ ਸੀ ਉਹ ਕਹਿੰਦੇ ਪਏ ਛੋੜ ਦਿਓ ਤੇ ਬਾਕੀਆਂ ਦੀ ਗੱਲ ਤੁਸੀਂ ਛੱਡੋ। ਇਹ ਅਸੀਂ ਇਹ ਹੈਰਾਨ ਆ ਕਿ ਜੇ ਸੰਨਾ ਸਾਹਿਬ ਤੇ ਕੋਈ ਕੇਸ ਹੁੰਦਾ ਹੈ ਤੇ 5 ਅਕਾਲ ਤਖਤ ਦੇ ਜਥੇਦਾਰ ਇਕੱਠੇ ਹੋ ਜਾਂਦੇ, ਪਰ ਇਸ ਕੌਮ ਦੇ ਵਾਸਤੇ, ਸਿੱਖ ਕੌਮ ਦੇ ਵਾਸਤੇ, ਉਹ ਦੇਖੋ 5 ਵੀ ਨਹੀਂ ਇਕੱਠੇ ਹੋਏ। ਅੱਜ ਕਿੰਨੇ ਦਿਨਾਂ ਤੋਂ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਲਿਖ ਕੇ ਦਿੱਤਾ ਕਿ ਉਹਨਾਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤਾ। ਇਹ ਚੀਜ਼ਾਂ ਜਿਹੜੀਆਂ ਹਨ, ਸਿੱਖ ਕੌਮ ਨੂੰ ਇੱਕ ਹੋ ਕੇ ਇਸ ਤੇ ਲੜਨਾ ਚਾਹੀਦਾ ਪਿਆਰ ਨਾਲ, ਜਿਵੇਂ ਗੁਰੂ ਸਾਹਿਬ ਨੇ ਪਿਆਰ ਸਿਖਾਇਆ। ਉਸ ਨਾਲ ਕੋਈ ਲੜਾਈ ਝਗੜੇ ਵਾਲਾ ਕੰਮ ਨਹੀਂ ਕਰਨਾ, ਪਿਆਰ ਵਾਲਾ ਝਗੜਾ ਕਰ, ਪਿਆਰ ਦਿਖਾ ਕੇ ਆਪਣਾ ਸਾਰਾ ਕਰਨਾ। ਸਿੱਖ ਕੌਮ ਇੱਕ ਹੋ ਜਾਏ, ਪਿਆਰ ਨਾਲ ਹੋਵੇ, ਸਾਰਿਆਂ ਸਾਡੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ। ਮੈਂ ਇੰਨਾ ਹੀ ਕਹਿੰਦਾ ਹੋਇਆ, ਜੱਟ ਪੰਜਾਬੀ ਦਾ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਵਿਚਾਰਾਂ ਲਈ, ਪਸੀਨ ਸਾਹਿਬ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਜੀ, ਅਸੀਂ ਗੁਰਵਿੰਦਰ ਕਾਰ ਸ਼ਿਕਾਗੋ ਤੋਂ ਬੋਲਦੇ ਆ ਜੀ। ਜੀ ਜੀ, ਦੱਸੋ। ਹਾਂਜੀ ਹਾਂਜੀ, ਇੰਡੀਅਨ ਗਵਰਨਮੈਂਟ ਹਿੰਦੂਆਂ ਨੂੰ, ਜਿਨ੍ਹਾਂ ਨੇ ਬਹੁਤ ਵੱਡੇ ਕ੍ਰਾਈਮ ਕੀਤੇ ਹੋਣ, ਉਹਨਾਂ ਨੂੰ ਫ੍ਰੀ ਕਰ ਸਕਦੀ ਹੈ ਜੇਲ੍ਹ 'ਚੋਂ, ਤਾਂ ਸਿੱਖਾਂ ਨੂੰ ਕਿਉਂ ਨਹੀਂ? ਠੀਕ ਹੈ, ਤੁਸੀਂ ਕਿੱਥੋਂ ਬੋਲ ਰਹੇ ਹੋ? ਸ਼ਿਕਾਗੋ ਨਹੀਂ ਜੀ, ਇੰਡੀਆਨੇ ਤੋਂ। ਇੰਡੀਆਨੇ ਤੋਂ, ਅੱਛਾ ਅੱਛਾ, ਠੀਕ ਹੈ। ਦੇਖੋ ਗੱਲ ਸੁਣੋ, ਇਹੀ ਗੱਲ ਤਾਂ ਭਾਈ ਹਰਪਾਲ ਸਿੰਘ ਚੀਮਾ ਨੇ ਵੀ ਦੱਸੀ ਸੀ, ਜਿਹੜੀ ਗੱਲ ਕਰ ਰਹੇ ਸੀਗੇ ਕਿ ਜੇਕਰ ਕਾਨੂੰਨ ਸਾਰਿਆਂ ਲਈ ਇੱਕੋ, ਫਿਰ ਉਸਦੀ ਰੰਜਿਸ਼ ਨਹੀਂ ਹੁੰਦੀ। ਜਦੋਂ ਕਾਨੂੰਨ ਦੇ ਵਰਤਾਰਾ ਦੋ ਕਿਸਮ ਨਾਲ ਹੋਏ, ਕਿਸੇ ਲਈ ਕੁਛ ਹੋਰ ਹੋਏ, ਕਿਸੇ ਲਈ ਕੁਛ ਹੋਰ ਹੋਏ, ਫਿਰ ਉਹ ਬਹੁਤ ਤਕਲੀਫ ਦੇ ਦਿੰਦਾ, ਕਿਉਂਕਿ ਇਸ ਤੋਂ ਪਹਿਲਾਂ ਹੋ ਚੁੱਕਾ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ, ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਸੀ ਉਹਨਾਂ ਦੀਆਂ ਉਮਰ ਕੈਦ 'ਚ ਬਦਲ ਕੇ ਉਹਨਾਂ ਰਿਹਾਅ ਕਰਤਾ। ਜੇ ਅਗਰ ਦਾਰਾ ਸਿੰਘ, ਜਿਸ ਨੇ ਈਸਾਈ ਪ੍ਰੀਸ ਜਿਹੜਾ ਪਾਦਰੀ ਸੀ ਉਹਨੂੰ ਔਰ ਉਹਦੇ ਲੜਕੇ ਨੂੰ ਜ਼ਿੰਦਾ ਜਲਾ ਦਿੱਤਾ, ਉਹਨੂੰ ਕੁਛ ਨਹੀਂ ਹੋਇਆ, ਔਰ ਹੋਰ ਇੱਦਾਂ ਦੇ ਗਿਣੇ ਬਹੁਤ ਵੱਡੀ ਗਿਣਤੀ ਵਿੱਚ ਇੰਸੀਡੈਂਟਸ ਹੈ। ਸੋ ਇਹ ਕੁਦਰਤੀ ਤੌਰ 'ਤੇ ਤਕਲੀਫ ਦੇ ਹੈ, ਤੁਹਾਡੇ ਵਿਚਾਰ ਬਿਲਕੁਲ ਸਹੀ ਹੈ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ, ਥੈਂਕ ਯੂ। ਮੇਰੇ ਹਿਸਾਬ ਨਾਲ ਤਾਂ ਸਿੱਖ ਧਰਮ ਦੇ ਵਿੱਚ ਅੰਨ ਸੱਡਣਾ ਪਖੰਡ ਦੇ ਬਰਾਬਰ ਆ ਜੀ ਜੀ, ਕਿਉਂਕਿ ਕਾਨੂੰਨੀ ਮਸਲਾ ਮੇਰੇ ਹਿਸਾਬ ਨਾਲ ਤਾਂ ਕਾਨੂੰਨ ਦੇ ਜ਼ਰੀਏ ਹੀ ਨਜਿੱਠਣਾ ਚਾਹੀਦਾ ਜੀ। ਜੀ ਜੀ ਜੀ, ਮੈਂ ਤਾਂ ਇੰਨੇ ਕੀ ਕਹਿਣਾ ਚਾਹਾਂਗਾ, ਥੈਂਕ ਯੂ ਵੈਰੀ ਮੱਚ। ਠੀਕ ਹੈ, ਦੇਖੋ ਇਹ ਵੀ ਜਿਹੜਾ ਜੀ ਤੁਹਾਡੇ ਵਿਚਾਰ ਜਿਹੜੇ ਹੈ, ਇਹ ਇੱਕ ਮੁੱਢਲੇ ਸਿਧਾਂਤਕ ਤੌਰ ਦੇ ਉੱਤੇ ਹੈ, ਪਰ ਇਸ ਵੇਲੇ ਜਿਹੜਾ ਮਸਲਾ ਹੈਗਾ, ਉਹਨਾਂ ਨੇ ਜਿਸ ਚੀਜ਼ ਨੂੰ ਅਰਦਾਸ ਨੂੰ ਲੈ ਕੇ ਕੀਤਾ ਕਿ ਉਹਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੇ ਮਕਸਦ ਨੂੰ ਅਪਣਾ ਲਿਆ। ਸੋ ਇਸ ਵੇਲੇ ਮਸਲਾ ਜਿਹੜਾ ਹੈਗਾ ਉਹ ਉਸ ਮਸਲੇ ਨੂੰ ਹੱਲ ਕਰਾਉਣ ਦਾ, ਬਾਕੀ ਜਿਹੜੇ ਤੁਹਾਡੇ ਵਿਚਾਰ ਹੈ ਉਹ ਬਿਲਕੁਲ ਆਪਣੀ ਥਾਂ ਦੇ ਉੱਤੇ ਹੈ,
और जदों फिर किसी वेले होया कौम दे बारे सही तौर दे उत्ते निर्णा कर सकती है। सा दर्शन सिंह फेरू मान ने भी यही कहा सी वर्त रखना सही नहीं, पर उन्होंने पंथक हित दे विच ए जिहड़ी अपनी कुरबानी दित्ती सी। भाई गुरबख्श सिंह ने अज अपनी वसीयत भी जिहड़ी कर दित्ती है और उन्होंने वो वसीयत जिहड़ी है पंज सिंघां दे राहीं श्री अकाल तख्त साहब नूं भेज दित्ती है और उस वसीयत दे विच उन्होंने श्री अकाल तख्त साहब नूं समर्पित होंदियां उन्होंने ये कहा है कि सिंह साहब जिथे चाहण उन्हां दे शरीर नूं उन्हां दे अंगां नूं दे सकते हैं और वो सिंघां दी रिहाई दे लई अपनी भुख हड़ताल रख रहे हैं। वो शरीर नूं अपने हुंदियां लेखे लाना चाहते हैं और उस तो बाद भी चाहते हैं कि उन्हां दा शरीर जिहड़ा है वो लोड़वंदां दे काम आ जाए। सो ये बहुत उन्हां दी एक बड़ी अहम खबर है जिहड़ी कि पंज सिंह साहिबान दे राहीं श्री अकाल तख्त साहब नूं उन्होंने भेजी है। हैलो हैलो हाँ जी वाहिगुरु जी का खालसा वाहिगुरु जी की फतेह। वीर जी वाहिगुरु जी की फतेह। कौन बोल रहे जी? मैं जी बलवंत कौर बोल रही हूं। मैं दस रही थी कि वो वीर जी कह रहे हैं कि भी जड़ा भी वो भी छोड़ लेन करे पखंड, पर कहंदे भी ये थोनू पता हैगा भी सीधी तरह कोई समझदा ही नहीं। कहंदे जदों सीधी तरह घ्यो ना निकले ते उंगली टेढ़ी करनी पैंदी है, सीधे राह चलदे कहंदे भी कोई समझदा ही नहीं हैगा। वो किथे समझदे हैगे आ जिन्नी देर ना भी थोड़ी सखताई होवे ते जी। बस मैं यही कुछ कहना चाहती सी। नहीं बिल्कुल, तुसी जिहड़ी गल कर रहे हो मैं इसे करके कह रहा हां, इस वेले समां नहीं है आपां इस चीज नूं लईए। ਤੁਹਾਨੂੰ ਯਾਦ ਹੋਏਗਾ 3 ਮਾਰਚ 1947 ਨੂੰ ਥੋਆ ਖਾਲਸਾ ਦੇ ਵਿੱਚ 93 ਬੀਬੀਆਂ ਨੇ ਖੂਚ ਛਾਲ ਮਾਰ ਕੇ ਆਪਣੇ ਸਿੱਖੀ ਸਿਦਕ ਨੂੰ ਨਿਭਾਇਆ ਸੀ। ਕੀ ਉਸ ਨੂੰ ਅਸੀਂ ਆਤਮ ਹੱਤਿਆ ਕਹਿ ਸਕਦੇ ਹਾਂ, ਆਤਮਘਾਤ ਕਹਿ ਸਕਦੇ ਹਾਂ, ਕੀ ਉਸ ਨੂੰ ਕਵਾਂਗੇ? ਪਰ ਜੀ 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 ਸ਼ਹੀਦ ਕਹਾਂਗੇ। ਪਰ ਤੁਹਾਨੂੰ ਪਤਾ ਹੈ ਵੀਰ ਜੀ ਉਹ ਨਹੀਂ ਸਮਝਦੇ ਹੈਗੇ, ਸਰਕਾਰ ਦੇਖ ਲਓ ਬਾਦਲ ਸਾਹਿਬ ਔਰ ਐਵਰੀ ਪਰਸਨ ਦੇਖ ਲਓ ਆਪਣੇ ਉਹ ਮੌਜ ਵੇਲਾ ਕਰਨ ਡਏ ਆ, ਬਿਲਕੁਲ ਨਹੀਂ ਸਮਝਣ ਡਏ ਹੈਗੇ। ਪਰ ਕਹਿੰਦੇ ਵੀ ਫਿਰ ਚਲੋ ਇਹਨਾਂ ਦੀ ਕੁਰਬਾਨੀ ਜਿਹੜੀ ਹੈ ਜੋ ਕਰਨ ਡਏ ਹੈਗੇ ਆ ਉਹ ਰੰਗ ਲਿਆਏਗੀ ਜ਼ਰੂਰ, ਤੇ ਜ਼ਰੂਰ ਹੋ ਸਕਦਾ ਹੈ ਇਸ ਦੇ ਬਾਅਦ। ਹਾਂਜੀ, ਇਸ ਦੇ ਬਾਅਦ ਸ਼ਾਇਦ ਸਰਕਾਰ ਦੇ ਜਿਹੜੇ ਕੰਨ ਹੈ, ਕਿਉਂਕਿ ਕੇਵਲ ਇੱਕ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ, ਇਹਦੇ ਵਿੱਚ ਪੰਜਾਬ ਸਰਕਾਰ ਹੈ, ਯੂਨੀਅਨ ਗਵਰਨਮੈਂਟ ਹੈ, ਯੂਪੀ ਗਵਰਨਮੈਂਟ ਉੱਤਰਾਂਚਲ ਦੀ, ਗੁਜਰਾਤ ਦੀਆਂ ਸਾਰੀਆਂ ਸਰਕਾਰਾਂ ਦਾ ਹੈ। ਸੋ ਇਹ ਜਿਹੜੀ ਆਵਾਜ਼ ਇੰਨੀ ਤੇਜ਼ ਆਵਾਜ਼ ਹੈ ਕਿ ਸ਼ਾਇਦ ਇਹ ਸਰਕਾਰ ਦੇ ਬੋਲੇ ਕੰਨਾਂ ਦੇ ਉੱਤੇ ਜਿਹੜਾ ਅਸਰ ਕਰ ਜਾਏ, ਪਰ ਮਕਸਦ ਇਹ ਹੈ ਕਿ ਸ਼ਾਇਦ ਅੱਗੇ ਤੋਂ ਇਸ ਦਾ ਕੋਈ ਹੱਲ ਨਿਕਲੇ ਕਿ ਹਰ ਵਾਰੀ ਸਿੱਖਾਂ ਨੂੰ ਇਹ ਨਾ ਹੋਏ ਜਿਸ ਤਰ੍ਹਾਂ ਵਤਨ ਕੋ ਲਹੂ ਕੀ ਜ਼ਰੂਰਤ ਪੜੀ ਤੋ ਸਭਸੇ ਪਹਿਲੇ ਹਾਂ ਬਾਬਾ ਸਭਸੇ ਪਹਿਲੇ ਗਰਦਨ ਹਮਾਰੀ ਕਟੀ, ਅਬ ਯੇ ਕਹਤੇ ਹੈ ਅਹਲੇ ਚਮਨ ਯੇ ਚਮਨ ਹੈ ਹਮਾਰਾ ਤੁਮਹਾਰਾ ਨਹੀਂ ਹੈ। ਜਿਸ ਮੁਲਕ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਕੀ ਇਹ ਉਸ ਤੋਂ ਵੱਡੀ ਟ੍ਰੈਜਡੀ ਨਹੀਂ ਕਿ ਉਹਨੂੰ ਲਗਾਤਾਰ ਕੁਰਬਾਨੀਆਂ ਹੀ ਦੇਣੀਆਂ ਪੈਣ? ਇਹ ਬਹੁਤ ਅਫਸੋਸਨਾਕ ਹੈ, ਜਿਹਦੇ ਲਈ ਜ਼ਰੂਰ ਸਾਰਿਆਂ ਨੂੰ ਸੋਚਣ ਦੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਇਸ ਚੀਜ਼ ਦੇ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਜਿਹੜਾ ਮਸਲਾ ਹੈ ਇਹ ਕੋਈ ਮਾਮੂਲੀ ਕਿਸੇ ਇੱਕ ਬੰਦੇ ਦਾ ਨਹੀਂ ਹੈ, ਕਿਸੇ ਇੱਕ ਵਿਅਕਤੀ ਦਾ ਨਹੀਂ ਹੈ। 14 ਨਵੰਬਰ ਜਦੋਂ ਦੇਸ਼ ਦੇ ਵਿੱਚ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਮਨਾਇਆ ਜਾ ਰਿਹਾ, ਉਸ ਦਿਨ ਭਾਈ ਗੁਰਬਖਸ਼ ਸਿੰਘ ਜੀ ਨੇ ਇਹ ਆਪਣਾ ਅਰਦਾਸ ਕਰਕੇ ਜੋ ਭੁੱਖ ਹੜਤਾਲ ਸ਼ੁਰੂ ਕੀਤੀ। ਔਰ ਅੱਜ 36ਵਾਂ ਦਿਨ ਹੈ, ਅਸੀਂ ਇੱਕ ਦਿਨ ਰੋਟੀ ਨਾ ਖਾਈਏ ਔਰ ਕੋਈ ਗੱਲ ਕਰੇ ਤਾਂ ਉਸ ਵੇਲੇ ਜਵਾਬ ਕਿਸ ਤਰ੍ਹਾਂ ਦਾ ਆਉਂਦਾ ਹੈ? ਹੈਲੋ ਹੈਲੋ ਜੀ, ਤੁਸੀਂ ਲਾਈਨ 'ਤੇ ਹੋ, ਕੌਣ ਬੋਲ ਰਹੇ ਜੀ? ਲਾਈਨ ਡਿਸਕਨੈਕਟ ਹੋ ਗਈ। ਸੋ ਉਹਨਾਂ ਦਾ ਹੱਠ, ਉਹਨਾਂ ਦੀ ਕੁਰਬਾਨੀ ਦਾ ਜਜ਼ਬਾ, ਉਹਨਾਂ ਦਾ ਨਿਸ਼ਾਨਾ, ਉਹਨਾਂ ਦਾ ਮਕਸਦ ਉਹ ਕੇਵਲ ਨਿਰੋਲ ਪੰਥਕ ਹੈ, ਕਿਸੇ ਨਿੱਜੀ ਹਿੱਤ ਲਈ ਨਹੀਂ ਹੈ। ਵਕਤ ਹੈ, ਲੋੜ ਹੈ ਇਸ ਨੂੰ ਠਰੰਮੇ ਦੇ ਨਾਲ ਔਰ ਪੂਰੇ ਸਹਿਯੋਗ ਦੇ ਕੇ ਜੇਕਰ ਕੋਈ ਵੀ ਕਿਸੇ ਕਿਸਮ ਦੀ ਕੋਈ ਮਦਦ ਕਰ ਸਕਦਾ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਚੀਮਾ ਸਾਹਿਬ ਨੇ ਵੀ,
कि ambsahibmorcha@gmail.com दे उत्ते तुसीं अपने जरूर जिन्नियां जथेबंदियां जिन्हें गुरद्वारा साहिबान है जिहड़ियां भी साड़ियां संस्थावां है वो जरूर इस चीज़ नूं भेजण। पर यह शायद कौम की होनी है, कौम के रग रेशे दे विच है कि जिस कौम की बुनियाद ही शहादतां दे उत्ते होई है और वो जिहड़ी फसल है वो कदे भी मुकदी नहीं। गल हो रही सी कि साहिबजादियां दी वड्डे साहिबजादियां दी शहीदी दा दिवस जिहड़ा परसों आ रहा है, असी उस दे बारे जरूर अगले हफ्ते प्रोग्राम दवांगे। पर बहुत सुंदर बहुत सोहना लिखिया सी अला यार खां जोगी रहमानी ने, वो कहन लगे कि जदों साहिबजादा अजीत सिंह जी ने इजाजत मंगी गुरु साहब कोलों तां उन्होंने कहा बेटा लड़ सकोगे, तो उस वेले साहिबजादा अजीत सिंह जी ने कहा सी कि सरहंद में दी भाइयों ने जान नहीं है, क्या हमको धर्म युद्ध का कुछ ध्यान नहीं है, मरना नहीं लड़ना नहीं आता हमें, मरना तो है आता, खुद बढ़ के गला तेग पे धरना तो है आता। भर्राई सी आवाज़ से बोले गुरु गोबिंद, पाला है तुम्हें नाज से बोले गुरु गोबिंद, ले दे के हमने कहा था बाप को जा दीजिए धर्म पर, लो अब आपको कहते हैं कि जा दीजिए धर्म पर, ले दे के तुम ही थे मेरे बेड़े के खवैया, सर भेंट करो ताकि धर्म की चले नैया, हम देते हैं खंजर इसे शमशीर समझना, नेजे की जगह दादा का तुम तीर समझना, जितने भी मरे इससे उन्हें बेपीर समझना, आए जब जख्म तो होना नहीं दिलगीर समझना, जब तीर कलेजे में लगे सी नहीं करना, उफ मेरी जान मुँह से कभी भी नहीं करना, लो जाओ सिधारो तुम्हें अल्लाह को सौंपा, रब को ना विसारो तुम्हें अल्लाह को सौंपा, मर जाओ या मारो तुम्हें अल्लाह को सौंपा, वाहिगुरु अब जंग की हिम्मत तुम्हें बख्शे, प्यासे हो जात जामे शहादत तुम्हें बख्शे। रात पिछों जो आई तत्ती ओ खूनी प्रभात ना पुछो, बुरज च बैठी बुढ़ी ठेरी किद्दां गुजरी मात ना पुछो, दशमेश दे निक्के लाडलियां दी किद्दां चढ़ी बरात ना पुछो, कलम मेरी नू कांबा छिड़दा अगों दे हालात ना पुछो, अजीत सिंह दी लिबड़ी देह नू दया सिंह सीस निवावण लगा, कमर कस्सा ओ ला के लक तों उस दे उत्ते पावण लगा, हथ पकड़ के साहिब मेरा मुखों इंज फरमावन लगा, कफन पाओ जा सब दे उत्ते जा फिर किसे दी बात ना पुछो, हिण हिण करके नीला रोया बाज दे कुछ जज्बात ना पुछो। सो ए होनी शायद साड़ी है, ए गुरु साहब ने ए जड़ा बूटा लाया है, ए बार बार मंग करता है उस दे उत्ते परवानियां दा। सो भाई गुरबख्श सिंह दा जिहड़ा इरादा असी होर कुछ करिए ना करिए उन्हां लई दिलों अरदास जरूर कर सकते हाँ कि जिस मकसद नूं उन्हां ने लै के अपनी कुरबानी दे लई ओ वधे हन, सतगुरु कृपा करे ओ मकसद पूरा होए और ओ कौम नूं कामयाबी मिले। बहुत कुरबानियां हो चुकियां हन। अखीर एक कॉल लैके तुहाडे तों इजाजत लवांगे। हैलो हेलो सत श्रीकाल जी। सत श्रीकाल, कौन बोल रहे जी? मैं अमर सिंह बोलता जी इत्थों शैतल तो। जी भाई साहब, हां जी हुक्म करो। हुक्म तो नहीं, ये अर्जी है, मैं प्रोग्राम करा रहा इंडिया ते। जी ते ओ मैं लाइव कराना चाहना, मैं अमर सिंह दा 2 साल पीछे कराया। हां जी ते मैं तुहाडे तो ਇਹ ਆਪਾਂ ਨਾ ਤੁਸੀਂ ਇਸ ਦੇ ਉੱਤੇ ਤੁਸੀਂ ਈਮੇਲ ਪਾ ਦਿਓ ਅਤੇ ਤੁਹਾਨੂੰ ਜਵਾਬ ਜਿਹੜਾ ਉੱਥੋਂ ਮਿਲ ਜਾਏਗਾ, ਕਿਉਂਕਿ ਇਹ ਪ੍ਰਬੰਧਕੀ ਮਾਮਲਾ ਹੈ। ਬਹੁਤ ਬਹੁਤ ਧੰਨਵਾਦ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਥੇ ਤੱਕ ਕਿ ਤੁਸੀਂ ਸਾਨੂੰ ਜ਼ਰੂਰ ਈਮੇਲ ਕਰੋ lamba@getpunjabi.tv ਔਰ ਆਪਣੇ ਵਿਚਾਰਾਂ ਤੋਂ ਸਾਨੂੰ ਜਾਣੂ ਕਰਵਾਓ। ਇੱਕ ਹੋਰ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ
बोली अपनी पहचान पंजाबी हर महफिल दी जान।